ਤੇ ਉਦੋਂ ਤੋਂ ਹੀ ਬਾਬਾ ਜੀ ਕਹਿੰਦੇ ਸੀ ਵੀ ਦੁਬਾਰਾ ਆਪਾਂ ਪ੍ਰੋਗਰਾਮ ਬਣਾਉਣਾ ਸਾਰੀ ਸੰਗਤ ਪ੍ਰੇਮ ਕਰਦੀ ਇੱਕ ਵਾਰੀ ਜ਼ਰੂਰ ਬਣਾਉਣਾ ਤੇ ਵੇਖੋ ਮਹਾਰਾਜ ਨੇ ਮਿਹਰ ਕੀਤੀ ਹੈ ਸਾਨੂੰ ਰਲ ਮਿਲ ਕੇ ਬਹਿਣ ਦਾ ਸਮਾਂ ਦਿੱਤਾ ਸੰਗਤ ਜੀ ਭਰਨੀ ਤੇ ਹਾਜ਼ਰੀ ਹੋਈ ਸੀ ਭਾਵੇਂ ਉੱਥੇ ਅਸੀਂ ਹਾਜ਼ਰੀ ਭਰਦੇ ਹੁੰਦੇ ਇਸ ਟਾਈਮ ਦਸੂਏ ਕੋਲ ਤੇ ਅੱਜ ਚਲੋ ਇੱਥੇ ਹਾਜ਼ਰੀ ਭਰਨੀ ਜਿੱਥੇ ਵੀ ਜਾਣਾ ਮਹਾਰਾਜ ਦਾ ਜਾਸੀ ਗਾਣਾ ਹੈ ਤੇ ਤਾਂ ਕਰਕੇ ਬੇਨਤੀ ਹੈ ਵੀ ਟਾਈਮ ਵੀ ਉਨਾ ਹੀ ਹੋਣਾ ਹੈ ਪਰ ਜੇ ਇਕਾਗਰਤਾ ਬਣੇਗੀ ਥੋੜ੍ਹਾ ਜ਼ਿਆਦਾ ਆਪਾਂ ਰਲ ਮਿਲ ਕੇ ਲਾਹਾ ਲੈ ਲਾਂਗੇ ਸੰਗਤ ਨੂੰ ਇੱਕ ਵਾਰੀ ਉੱਥੇ ਹੀ ਮੱਥਾ ਟਿਕਾ ਕੇ ਬਾਹੋ ਜਿਹੜੇ ਰਹਿ ਜਾਣਗੇ ਫਿਰ ਅੱਗੇ ਆਵਾਜ਼ ਮਾਰ ਕੇ ਮੱਥਾ ਟਿਕਾਵਾਂਗੇ ਇੱਕ ਵਾਰੀ ਦੂਰੋਂ ਟੇਕ ਲੈਣ ਇੱਕ ਵਾਰੀ ਨੇੜੇ ਟਿਕਾਵਾਂਗੇ ਸਾਰੀ ਸੰਗਤ ਨੇ ਬਹਿਣੇ ਪਿਆਰ ਨਾਲ ਬਹਿਣਾ ਹਿੱਲੇ ਨਾ ਕੋਈ ਪਿਆਰ ਨਾਲ ਸਾਰੇ ਸਜੇ ਰਹੋ ਧਿਆਨ ਦਿਓ ਹੁਣ ਸੰਗਤ ਜੀ ਮਹਾਂਪੁਰਖਾਂ ਦੇ ਕੋਲ ਰਹਿ ਕੇ ਸੇਵਾ ਕੀਤੀ ਸੇਵਾ ਬਿਨਾਂ ਨਹੀਂ ਕੁਛ ਮਿਲਦਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਚਿੱਤ ਲਾ ਕੇ ਸੇਵਾ ਕਰੇ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ ਆਪਣੇ ਮਨੋ ਤੇ ਆਪਾਂ ਸਾਰੇ ਹੀ ਸੇਵਾਦਾਰ ਹਾਂ ਘੱਟ ਕੌਣ ਕਹਿੰਦਾ ਆਪਣੇ ਆਪ ਨੂੰ ਸਭ ਕੋ ਪੂਰਾ ਆਪੇ ਹੋਵੇ ਆਪਣੇ ਆਪ ਨੂੰ ਸਾਰੇ ਹੀ ਆਪਾਂ ਪੂਰੇ ਹੀ ਹਾਂ ਘੱਟ ਕੌਣ ਕਹਾਉਣ ਵਾਲਾ ਆਪਣੇ ਮਨੋ ਤੇ ਸਾਰੇ ਹੀ ਅਸੀਂ ਕਹਿੰਦੇ ਹਾਂ ਵੀ ਮੈਂ ਪੂਰਾ ਪੱਕਾ ਸੇਵਾਦਾਰ ਹਾਂ ਪਰ ਮਹਾਰਾਜ ਕਹਿੰਦੇ ਨੇ ਸਾ ਸੇਵਾ ਕੀਤੀ ਸਫਲ ਹੈ ਉਦੋਂ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ ਜਦੋਂ ਗੁਰੂ ਮੰਨੇ ਗੁਰੂ ਮੰਨੇ ਤੇ ਗੁਰੂ ਕਦੋਂ ਮੰਨਦਾ ਜਦੋਂ ਚਿੱਤ ਲਾ ਕੇ ਸੇਵਾ ਕਰਾਂਗੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਪਹਿਲੀ ਗੱਲ ਕੀ ਮਿਲਦੀ ਹੈ ਜੋ ਇੱਛਾ ਹੋਵੇ ਉਹ ਪੂਰੀ ਕਰ ਦਿੰਦੇ ਨੇ ਸਤਿਗੁਰੂ ਮਨ ਚਿੰਦਿਆ ਫਲ ਪਾਵਣਾ ਇਹ ਪਹਿਲੀ ਗੱਲ ਦਾਤ ਮਿਲਦੀ ਹੈ ਤੇ ਦੂਜੀ ਕੀ ਮਿਲਦੀ ਹੈ ਹਉਮੈ ਵਿੱਚੋਂ ਜਾਏ ਹਉਮੈ ਵੀ ਨਿਕਲ ਜਾਂਦੀ ਹੈ ਸੇਵਾ ਨਾਲ ਹਉਮੈ ਨਿਕਲਦੀ ਹੈ ਸੰਗਤਾਂ ਦੇ ਭਾਂਡੇ ਮਾਂਝ ਮਾਂਝ ਕੇ ਹਉਮੈ ਨਿਕਲਦੀ ਹੈ ਜੇ ਬਿਮਾਰੀ ਹਉਮੈ ਦੀ ਖਤਮ ਹੋਵੇ ਏਡੂ ਵੱਡਾ ਰੋਗ ਕੋਈ ਨਹੀਂ ਮਾਨ ਮੁਨੀ ਮੁਨਵਰ ਗਲੇ ਮਾਨ ਸਭੇ ਕੋ ਖਾਏ ਮਾਨ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਗਾਲ ਦਿੰਦਾ ਹੈ ਖਤਮ ਕਰ ਦਿੰਦਾ ਹੈ ਤੇ ਜੇ ਗੁਰਮੁਖੋ ਇਹ ਹਉਮੈ ਦੇ ਰੋਗ ਤੋਂ ਛੁਟਕਾਰਾ ਸੰਗਤ ਦੀ ਸੇਵਾ ਕਰਕੇ ਹੋ ਸਕਦਾ ਹੈ ਤੇ ਏਡੂ ਵੱਡੀ ਦਵਾਈ ਕੋਈ ਨਹੀਂ ਹਉਮੈ ਦੇ ਰੋਗ ਤੋਂ ਬਚਿਆ ਹੀ ਸੇਵਾ ਕਰਕੇ ਜਾ ਸਕਦਾ ਹੈ ਹੱਥੀਂ ਸੇਵਾ ਕਰਕੇ ਸਤਿਗੁਰੂ ਦੇ ਦਰ ਘਰ ਦੀ ਸੇਵਾ ਕਰਕੇ ਪਰ ਕਰਾਂਗੇ ਕਿੱਥੇ ਸਿਆਣਾ ਬਿਆਣਾ ਬੰਦਾ ਕਹੇਗਾ ਲੈ ਲੋਕ ਮੈਨੂੰ ਕੀ ਕਹਿਣਗੇ ਚਿੱਟਾ ਦਾੜਾ ਹੋਇਆ ਲੈ ਭਾਂਡੇ ਮਾਂਜਦਾ ਸ਼ਰਮ ਮਾਰ ਜਾਂਦੀ ਹੈ ਸਾਨੂੰ ਪਰ ਸੇਵਾ ਦੀ ਏਦਾਂ ਸੇਵਾ ਕਰਨ ਵਾਲੇ ਤੇ ਵੇਖੇ ਨੇ ਆ ਦਿੱਲੀ ਦੇ ਵਿੱਚ ਬੰਗਲਾ ਸਾਹਿਬ ਦੇ ਨੇੜੇ ਤੇੜੇ ਵੱਡੀਆਂ ਵੱਡੀਆਂ ਗੱਡੀਆਂ 'ਚ ਉਤਰਨਗੇ ਹੱਥ 'ਚ ਉਹਨਾਂ ਨੇ ਬੁਰਸ਼ ਫੜੇ ਹੁੰਦੇ ਨੇ ਹੱਥ ਵਿੱਚ ਉਹਨਾਂ ਨੇ ਪਲਿਸ਼ ਵਾਲੀਆਂ ਡੱਬੀਆਂ ਫੜੀਆਂ ਹੁੰਦੀਆਂ ਨੇ ਜੋੜੇ ਚਾੜਦੇ ਨੇ ਉਹਨਾਂ ਨੂੰ ਪੁੱਛੋ ਕੀ ਕਰਦੇ ਹੋ ਸੇਵਾ ਕਰਨੇ ਆ ਕਿਵੇਂ ਇੱਥੋਂ ਹੀ ਮਿਲਿਆ ਸਾਰਾ ਕੁਝ ਇਹਨਾਂ ਜੋੜਿਆਂ 'ਚੋਂ ਹੀ ਮਿਲਿਆ ਸਾਰਾ ਕੁਛ ਮਿਲਦਾ ਹੀ ਇਹਨਾਂ 'ਚੋਂ ਹੈ ਭਾਈ ਪਾਰੋ ਬਹਿ ਜਾ ਕੇ ਮੇਰੇ ਆਸਣ 'ਤੇ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਝਾੜੂ ਮੈਨੂੰ ਫੜਾ ਦੇ ਮੈਂ ਝਾੜੂ ਲਾ ਲੈਂਦਾ ਤੇ ਬਾਬਾ ਅਮਰਦਾਸ ਜੀ ਨੂੰ ਭਾਈ ਪਾਰੋ ਆਖਣ ਲੱਗੇ ਨਾ ਸਤਿਗੁਰੂ ਤੁਹਾਡੇ ਆਸਣ ਤੁਹਾਨੂੰ ਮੁਬਾਰਕ ਤੁਹਾਡੇ ਆਸਣਾਂ 'ਤੇ ਅਸੀਂ ਨਹੀਂ ਬਹਿ ਸਕਦੇ ਸਾਡੇ ਵਰਗੇ ਹੰਕਾਰੀ ਹੋ ਜਾਣਗੇ ਉੱਥੇ ਤੇ ਤੁਸੀਂ ਵੀ ਸੋਭਦੇ ਹੋ ਉੱਥੇ ਬਹਿਣ ਲਈ ਤੁਸੀਂ ਵੀ ਇਸੇ ਝਾੜੂ ਨੂੰ ਚੁੱਕ ਕੇ 12 ਸਾਲ ਸੇਵਾ ਕੀਤੀ ਹੈ ਇਹ ਝਾੜੂ 'ਚੋਂ ਤੇ ਗੱਦੀਆਂ ਨਿਕਲਦੀਆਂ ਨੇ ਝਾੜੂ ਸਗੋਂ ਵੱਡਾ ਹੈ ਆਖੋ ਸਤਨਾਮ ਤੇ ਮੈਂ ਅਰਜ ਹਮੇਸ਼ਾ ਕੀਤੀ ਸੇਵਾਦਾਰੀ 'ਚ ਜਿਹੜਾ ਆਨੰਦ ਹੈ ਨਾ ਉਹ ਜਥੇਦਾਰੀ 'ਚ ਨਹੀਂ ਸੇਵਾਦਾਰ ਜਥੇਦਾਰ ਜਥੇਦਾਰ ਤੋਂ ਫਿਰ ਸਿੱਧਾ ਹੀ ਗੇਟੋਂ ਬਾਹਰ ਹੋ ਜਾਂਦਾ ਕੰਮ ਕਈ ਬੰਦੇ ਵੇਖੇ ਨੇ ਸੇਵਾਦਾਰ ਬਣੇ ਰਹਿਣ ਤੇ ਸੇਵਾ ਕਰਨਗੇ ਜਦੋਂ ਸੇਵਾਦਾਰ ਤੋਂ ਉਹਨਾਂ ਨੂੰ ਜਥੇਦਾਰ ਬਣਾ ਦਿਓ ਜਥੇਦਾਰ ਤੋਂ ਮੁੜ ਕੇ ਸੇਵਾਦਾਰ ਨਾ ਬਣ ਗਏ ਸੇਵਾਦਾਰ ਬਣ ਜਾਂਦੇ ਭਾਵੇਂ ਸਾਰੀ ਜ਼ਿੰਦਗੀ ਲੰਘਾ ਲੈਂਦੇ ਬਾਬਾ ਠਾਕੁਰ ਸਿੰਘ ਸਨ ਨਾ ਟਕਸਾਲ ਵਾਲੇ ਹੁਣ ਗੱਲ ਹੋਰ ਚੇਤਾ ਆ ਜਾਂਦੀ ਕਈ ਵਾਰੀ ਉਧਰੋਂ ਥੋੜ੍ਹਾ ਜਿਹਾ ਧਿਆਨ ਟੁੱਟ ਗਿਆ ਪਰ ਚਲੋ ਆਹ ਵੀ ਸਾਡੇ ਭਲੇ ਦੀ ਗੱਲ ਹੈ ਬਾਬਾ ਠਾਕੁਰ ਸਿੰਘ ਜੀ ਨੇ ਮੁਖੀ ਦੀ ਪੂਰੀ ਡਿਊਟੀ ਨਿਭਾਈ ਟਕਸਾਲ ਦੇ ਮੁਖੀ ਬਣੇ ਮੁਖੀ ਦੀ ਪੂਰੀ ਡਿਊਟੀ ਨਿਭਾਈ ਪਰ ਸਾਰੀ ਜ਼ਿੰਦਗੀ ਆਖਿਆ ਮੈਂ ਮਹਾਂਪੁਰਖਾਂ ਦੀ ਗੈਰ ਹਾਜ਼ਰੀ 'ਚ ਸੇਵਾ ਕਰ ਰਿਹਾ ਮੈਂ ਮੁਖੀ ਨਹੀਂ ਆਖੋ ਸਤਨਾਮ ਮੈਨੂੰ ਨਾ ਕੈਨੇਡਾ 'ਚ ਉੱਥੇ ਅਸੀਂ ਗਏ ਸਾਂ ਤੇ ਉੱਥੇ ਇੱਕ ਪ੍ਰਚਾਰਕ ਗਿਆ ਸੀ ਹੈ ਤੇ ਇੰਡੀਆ ਦਾ ਹੀ ਸੀ ਉਹ ਲਿਖਾਰੀ ਹੈ ਵੈਸੇ ਕਥਾ ਤੇ ਨਹੀਂ ਕਰਦਾ ਪਰ ਲਿਖਾਰੀ ਉੱਥੇ ਉਹਨੂੰ ਬੋਲਣ ਦਾ ਮੌਕਾ ਦਿੱਤਾ ਤੇ ਲਾਈਵ ਹੋ ਰਿਹਾ ਸੀ ਪ੍ਰੋਗਰਾਮ ਰੇਡੀਓ ਤੇ ਸੰਗਤ ਸੁਣਦੀ ਵੀ ਸੀ ਤੇ ਉੱਥੇ ਮੈਂ ਵੇਖਿਆ ਉਹਨੇ ਪ੍ਰੋਗਰਾਮ ਦੇ ਵਿੱਚ ਹੀ ਇਹ ਗੱਲ ਆਖੀ ਉਹਨੇ ਸ਼ਬਦ ਬੜੇ ਭੈੜੇ ਬੋਲੇ ਬਾਬਾ ਠਾਕੁਰ ਸਿੰਘ ਬਾਰੇ ਉਹ ਝੂਠ ਬੋਲਦੇ ਰਹੇ ਨਹੀਂ ਕਿਹਾ ਉਹ ਵੀ ਸਿੱਧਾ ਹੀ ਬੋਲਦਾ ਸੀ ਭੈੜਾ ਹੀ ਬੋਲਿਆ ਵੀ ਬਾਬਾ ਜਰਨੈਲ ਸਿੰਘ ਜੀ ਅਜੇ ਹੈਗੇ ਕਹਿੰਦੇ ਲੈ ਐਡਾ ਵੱਡਾ ਝੂਠ ਕੌਮ ਗੁੰਮਰਾਹ ਕਰ ਦਿੱਤੀ ਏਦਾਂ ਕਰ ਦਿੱਤਾ ਏਦਾਂ ਦਾ ਬਾਬਾ ਠਾਕੁਰ ਸਿੰਘ ਬਾਰੇ ਬੋਲਿਆ
ਬੜਾ ਦੁੱਖ ਲੱਗਾ। ਮੈਂ ਵੀ ਉੱਥੇ ਸੁਣਦਾ ਰਿਹਾ, ਰਾਤ ਦਾ ਦੀਵਾਨ ਸੀ, ਉਹ ਵੀ ਸਿੱਧਾ ਪ੍ਰਸਾਰਣ ਹੋ ਰਿਹਾ ਸੀ। ਮੈਂ ਉੱਥੇ ਬੇਨਤੀ ਕੀਤੀ ਸੀ, ਮੈਂ ਕਿਹਾ ਬਾਬਾ ਠਾਕੁਰ ਸਿੰਘ ਨੂੰ ਤੁਸੀਂ ਕੀ ਪਛਾਣੋਗੇ, ਤੁਸੀਂ ਇਹ ਗੱਲ ਵੇਖੀ। ਉਹ ਅੱਜ ਕੱਲ੍ਹ ਤੇ ਜਿਉਂਦੇ ਸੰਤਾਂ ਨੂੰ ਸੋਚਣ ਲੱਗ ਪੈਂਦੇ ਨੇ ਵੀ ਇਹ ਮਰੇਗਾ ਕਦੋਂ ਤੇ ਪੱਗ ਮੈਨੂੰ ਕਦੋਂ ਮਿਲੇਗੀ, ਸਾਰਾ ਕੁਝ ਮੈਨੂੰ ਕਦੋਂ ਮਿਲੇਗਾ। ਇਹ ਤੇ ਆਮ ਤੁਸੀਂ ਵੇਖਦੇ ਹੋ ਕਿਹੜੇ ਥਾਂ ਤੇ ਰੌਲੇ ਨਹੀਂ ਪਏ, ਕਿਹੜੇ ਥਾਂ ਤੇ ਰੌਲੇ ਨਹੀਂ ਪਏ, ਪੈਂਦੇ ਨੇ ਰੌਲੇ। ਇਹ ਤੇ ਬਾਬਾ ਠਾਕੁਰ ਸਿੰਘ ਸਨ, ਸੇਵਾ ਸਾਰੀ ਉਹਨਾਂ ਨੇ ਪੂਰੀ ਕੀਤੀ, ਪੱਗ ਨੂੰ ਸੰਭਾਲ ਕੇ ਰੱਖਿਆ, ਟਕਸਾਲ ਦੀ ਪੱਗ ਨੂੰ ਸੰਭਾਲ ਕੇ ਰੱਖਿਆ। ਜਿੱਥੇ ਗਏ ਉਹਨਾਂ ਅੱਗੇ ਜ਼ਰੂਰਤ ਨਹੀਂ ਪਈ ਕਿਸੇ ਦੀ ਬੋਲਣ ਦੀ, ਸਾਰਿਆਂ ਬੱਚਿਆਂ ਨੂੰ ਸ਼ਹੀਦਾਂ ਦਿਆਂ ਪਰਿਵਾਰਾਂ ਨੂੰ ਵੀ ਸਾਂਭਿਆ। ਸ਼ਹੀਦਾਂ ਦੀਆਂ ਘਰਵਾਲੀਆਂ ਕਹਿੰਦੀਆਂ ਹੁੰਦੀਆਂ ਸਨ, ਬਾਬਾ ਠਾਕੁਰ ਸਿੰਘ ਜਿੱਦਣ ਚੜ੍ਹਾਈ ਕੀਤੇ ਨੇ, ਕਹਿੰਦੇ ਸਾਨੂੰ ਅੱਜ ਲੱਗਾ ਵੀ ਅੱਜ ਸਾਡਾ ਬਾਪੂ ਮਰ ਗਿਆ, ਇੱਦਾਂ ਕਹਿੰਦੀਆਂ ਸੀ। ਸਾਨੂੰ ਪਿਓ ਦਾ ਸਿਰ ਪਿਓ ਵਾਂਗੂ ਸਿਰ ਤੇ ਹੱਥ ਰੱਖਿਆ ਇਹਨਾਂ ਨੇ, ਪਤੀ ਸਾਡੇ ਚੜ੍ਹਾਈ ਕਰ ਗਏ ਪਰ ਸਾਡੇ ਬੱਚੇ ਬਾਬਾ ਠਾਕੁਰ ਸਿੰਘ ਨੇ ਪਾਲੇ ਨੇ, ਇਹਨਾਂ ਨੇ ਸਭ ਕੁਝ ਦਿੱਤਾ ਹੈ ਸਾਨੂੰ, ਕਮੀ ਨਹੀਂ ਰਹਿਣ ਦਿੱਤੀ। ਬਾਬਾ ਠਾਕੁਰ ਸਿੰਘ ਨੇ ਜ਼ਿੰਮੇਵਾਰੀ ਟਕਸਾਲ ਦੀ ਪੂਰੀ ਨਿਭਾਈ ਤੇ ਕਹਿੰਦੇ ਇਹੋ ਰਹੇ ਵੀ ਮੈਂ ਤੇ ਨਹੀਂ ਨਹੀਂ ਉਹ ਹੈਗੇ ਆ, ਮੈਂ ਉਹਨਾਂ ਦੀ ਗੈਰ ਹਾਜ਼ਰੀ ਚ ਸੇਵਾਦਾਰ ਹਾਂ, ਕਾਰਜਕਾਰੀ ਮੁਖੀ, ਮੈਂ ਪੱਕਾ ਮੁਖੀ ਨਹੀਂ ਹਾਂ ਟਕਸਾਲ ਦਾ, ਮੈਂ ਪੱਗ ਨਹੀਂ ਟਕਸਾਲ ਦੀ ਬੰਨਣੀ, ਉਹ ਮੈਂ ਅਨਪੜ੍ਹ ਬੰਦਾ, ਮੈਂ ਕਥਾ ਜ਼ਿੰਦਗੀ ਚ ਨਹੀਂ ਕੀਤੀ। ਐਡੀ ਟਕਸਾਲ ਜਿੱਥੇ ਗਿਆਨ ਹੀ ਗਿਆਨ ਹੋਵੇ ਉੱਥੇ ਅਨਪੜ੍ਹ ਬੰਦਾ ਕੀ ਕਥਾ ਕਰੇਗਾ। ਉਹਨਾਂ ਆਖਣਾ ਮੈਂ ਨਹੀਂ ਮੁਖੀ, ਮੈਂ ਨਹੀਂ ਪੱਗ ਲੈਣੀ, ਮੁਖੀ ਤੇ ਅਜੇ ਹੋਰ ਹੈ। ਵੇਖੋ ਗੁਰਮੁਖੋ ਕਿੰਨੇ ਸਾਲ, 84 ਤੋਂ ਲੈ ਕੇ 4 ਤੱਕ 20-21 ਸਾਲ ਮੁਖੀ ਦੀ ਸੇਵਾ ਪੂਰੀ ਕਰ ਗਏ ਪਰ ਰਹੇ ਸੇਵਾਦਾਰ ਬਣ ਕੇ ਪੱਗ ਨਹੀਂ ਲਈ। ਆਖੋ ਸਤਨਾਮ, ਗੱਜ ਕੇ ਆਖੋ ਸਤਨਾਮ। ਸੇਵਾ ਪੂਰੀ ਕੀਤੀ ਤੇ ਕਹਿੰਦੇ ਰਹੇ ਮੈਂ ਮੁਖੀ ਨਹੀਂ। ਇਹ ਨਿਮਰਤਾ ਸੀ ਉਹਨਾਂ ਦੀ ਜਿਹਨਾਂ ਨੂੰ ਤੁਸੀਂ ਝੂਠ ਕਹਿੰਦੇ ਹੋ, ਜਿਹੜਾ ਤੁਸੀਂ ਕਹਿੰਦੇ ਵੀ ਝੂਠ ਝੂਠ, ਜੇ ਉਹ ਜਿੱਦਣ ਕਹਿ ਦਿੰਦੇ ਬਾਬਾ ਜੀ ਗਏ ਲੋਕਾਂ ਨੇ ਆਖਣਾ ਸੀ ਫਿਰ ਬਾਬਾ ਠਾਕੁਰ ਸਿੰਘ ਜੀ ਅਸੀਂ ਪੱਗ ਤੁਹਾਨੂੰ ਬਣਾਉਣੀ ਹੈ, ਉਹ ਕਹਿੰਦੇ ਸੀ ਮੈਂ ਅਨਪੜ੍ਹ ਬੰਦਾ ਮੈਂ ਇਹ ਪੱਗ ਨਹੀਂ ਲੈਣੀ। ਤੇ ਮੈਂ ਤੇ ਇੱਥੋਂ ਤੱਕ ਵੀ ਕਹਿੰਦਾ ਹੁੰਦਾ ਕਿ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਜਿਹਨਾਂ ਨੇ ਦਰਸ਼ਨ ਆਪਾਂ ਕਿੱਥੇ ਕੀਤੇ ਨੇ। ਬਾਬਾ ਬੁੱਢਾ ਜੀ ਸਨ ਗੁਰੂ ਨਾਨਕ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ, ਉਹਨਾਂ ਨੇ ਗੁਰਗੱਦੀ ਦੇ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੱਦੀ ਦਾ ਤਿਲਕ ਵੀ ਲਾਉਂਦੇ ਰਹੇ, ਗੁਰਗੱਦੀ ਦੇਣ ਦੀ ਰਸਮ ਅਦਾ ਕਰਦੇ ਰਹੇ ਪਰ ਰਹੇ ਸੇਵਾਦਾਰ ਬਣ ਕੇ। ਬਾਬਾ ਬੁੱਢਾ ਜੀ ਨੇ ਇੱਛਾ ਹੀ ਨਹੀਂ ਕੀਤੀ ਕਿ ਮੈਨੂੰ ਵੀ ਪੱਗ ਮਿਲੇ, ਹੁਣ ਪਹਿਲੀ ਵਾਰੀ ਨਹੀਂ ਵਾਰੀ ਆਈ, ਦੂਜੀ ਵਾਰੀ ਆ ਜਾਏ, ਦੂਜੀ ਵਾਰੀ ਨਹੀਂ ਤੀਜੀ ਵਾਰੀ ਮੈਨੂੰ ਮੁਖੀ ਬਣਾਓ, ਚੌਥੀ ਵਾਰੀ ਬਣਾਓ, ਪਰ 6 ਪਾਤਸ਼ਾਹੀਆਂ ਨੂੰ ਮੱਥੇ ਟੇਕਦੇ ਰਹੇ, ਆਪ ਇੱਛਾ ਹੀ ਨਹੀਂ ਪੈਦਾ ਹੋਈ ਕਿ ਮੈਂ ਵੀ ਮੁਖੀ ਬਣ ਜਾ। ਤੇ ਵੇਖੋ ਕਰੋੜਾਂ ਰੁਪਇਆ ਸੰਗਤਾਂ ਭੇਟਾ ਕਰਦੀਆਂ ਨੇ ਪਰ ਉਹਨਾਂ ਨੇ ਆਖਿਆ ਨਹੀਂ ਮੈਂ ਮੁਖੀ ਨਹੀਂ, ਮੈਂ ਮੁਖੀ ਹੈ ਹੀ ਨਹੀਂ। ਬਾਬਾ ਠਾਕੁਰ ਸਿੰਘ, ਬਾਬਾ ਬੁੱਢਾ ਸਾਹਿਬ ਜੀ ਵਾਲੀ ਸੋਚ ਸੀ ਉਹਨਾਂ ਦੀ, ਇਹ ਪਿਆਰ ਸੀ ਉਹਨਾਂ ਅੰਦਰ ਵੀ ਮੈਂ ਸੇਵਾਦਾਰ ਬਣ ਕੇ ਰਹਿਣਾ ਹੈ, ਮੈਨੂੰ ਮੁਖੀ ਨਾ ਆਖੋ, ਮੈਂ ਟਕਸਾਲ ਦਾ ਮੁਖੀ ਨਹੀਂ ਹੋ ਸਕਦਾ, ਬਣੇ ਹੀ ਨਹੀਂ ਸਾਰੀ ਜ਼ਿੰਦਗੀ। ਇਹ ਨਿਮਰਤਾ ਹੈ ਪਰ ਪੁੱਠਾ ਹੈ ਨਾ ਸਮਾਜ ਸਾਡਾ, ਜਿਹੜਾ ਬੰਦਾ ਆਖੇ ਮੈਨੂੰ ਮਾਇਆ ਦੀ ਲੋੜ ਨਹੀਂ, ਸਾਧ ਸੰਗਤ ਜੀ ਅਸੀਂ ਤੇ ਨਿਸ਼ਕਾਮ ਕੀਰਤਨੀ ਆ, ਉਹਨਾਂ ਨੂੰ ਆਖਣਗੇ ਹਾਂਜੀ ਇਹਨਾਂ ਨੂੰ ਕਿਹਦਾ ਘਾਟਾ ਕਿ ਇਹ ਗੱਲ ਦਾ, ਉੱਦਾਂ ਹੀ ਦੁਨੀਆ ਬੜਾ ਮੱਥਾ ਟੇਕੀ ਜਾਂਦੀ, ਇਹਨਾਂ ਨੂੰ ਕੀ ਲੋੜ ਹੈ ਪੈਸੇ ਮੰਗਣ ਦੀ, ਇਹ ਪੁੱਠੇ ਚੱਲਦੇ ਨੇ। ਜੇ ਕੋਈ ਆਖੇ ਵੀ ਕੱਢੋ 1,00,000 ਰੁਪਈਆ ਫੇਰ ਆਵਾਂਗੇ, ਉਹਨੂੰ ਕਹਿਣਗੇ ਲੈ ਪੈਸੇ ਮੰਗਦਾ, 50,000 ਰੁਪਈਆ ਕਰਕੇ ਫੇਰ ਆਉਂਦਾ ਹੈ, ਏਦਾਂ ਦਾ ਸਮਾਜ ਹੈ ਨਾ ਸਾਡਾ। ਤੇ ਜੇ ਆਖੇ ਨਹੀਂ ਜੀ ਸਾਨੂੰ ਨੀ ਲੋੜ ਤੁਸੀਂ ਭਾਈ ਅਸੀਂ ਨੀ ਮੰਗਦੇ ਪੈਸਾ, ਕਹਿਣਗੇ ਆਹੋ ਮੰਗਣਾ ਕਹਿ ਦੇ ਲਈ, ਅੱਗੇ ਹੀ ਅੱਗੇ ਉੱਥੇ ਘੱਟ ਹੈ ਕਿਸੇ ਗੱਲ, ਅੱਗੇ ਹੀ ਬੜਾ ਹੈ, ਪਤਾ ਹੀ ਨੀ ਕਿੰਨਾ ਕੁ ਪੈਸਾ ਹੈ, ਅੰਤੀ ਕੋਈ ਨੀ। ਏਦਾਂ ਦੇ ਲੋਕ ਨੇ ਸਾਡੇ ਉੱਥੇ, ਇੱਕ ਵਾਰੀ ਚੋਰੀ ਹੋ ਗਈ ਪਿੱਛੇ ਜੇ, ਚੋਰੀ ਆ ਗਏ ਕਰਨ ਵਾਲੇ, ਹੁਣ ਅਸੀਂ ਬਾਹਰ ਸਾਂ ਕਿਤੇ, ਤੇ ਉੱਥੇ ਥੋੜੀ ਮਾਇਆ ਵੀ ਪਈ ਸੀ, ਸੰਗਤ ਉਦੋਂ ਆਈ ਸੀ ਬਾਹਰੋਂ, ਅਸਥਾਨ ਦੀ ਸਰਾਂ ਦੀ ਸੇਵਾ ਸ਼ੁਰੂ ਕਰਨੀ ਸੀ ਵੀ ਉਹ ਕੰਮ ਚਲਾਉਣਾ, ਠੇਕੇਦਾਰ ਨੂੰ ਦਿਆਂਗੇ, ਤੇ ਮਾਇਆ ਵੀ ਲੈ ਕੇ ਚੁੱਕ ਕੇ ਸੇਵਾ ਸੰਗਤ ਦੀ ਲੈ ਗਏ। ਉਹ ਬਾਅਦ ਚ ਰੌਲਾ ਪਵੇ, ਇੱਕ ਬੰਦਾ ਆਂਦਾ ਕਿ ਉਹ ਤੈਨੂੰ ਪਤਾ ਲੱਗਾ ਉਹ ਚੋਰੀ ਹੋਈ ਹੈ, ਕਹਿੰਦੇ ਹਾਂ, ਕਿੰਨੇ ਕੁ ਲੈ ਗਏ ਨੇ ਫਿਰ ਚੁੱਕ ਕੇ ਗੱਲਾਂ ਕਰਨ, ਕਿੰਨੇ ਕੁ ਲੈ ਗਏ ਨੇ। ਦੂਜਾ ਆ ਕੇ ਪਤਾ ਹੈ ਆਂਦੇ ਨੇ ਪੱਲੀਆਂ ਹੀ ਲਿਆਏ ਸਨ, ਤੰਗਲੀਆਂ ਨਾਲ ਹੀ ਇਕੱਠੀ ਕੀਤੀ, ਲਓ ਤੰਗਲੀਆਂ ਨਾਲ ਹੈ ਪੱਲੀਆਂ ਭਰ ਭਰ ਕੇ ਪੰਡਾਂ ਨਾ ਪੱਲ ਵੀ ਤੰਗ, ਦੱਸੋ ਤੰਗਲੀਆਂ ਨਾਲ ਕਿੱਦਾਂ, ਇਹ ਆਪਣੇ ਕੋਲੋਂ ਹੀ ਹੁੰਦਾ, ਏਦਾਂ ਦੇ ਏਦਾਂ ਦਾ ਹਿਸਾਬ ਕਿਤਾਬ ਆ ਸਾਡੇ, ਸਾਡਾ ਸੁਭਾਅ ਏਦਾਂ ਦਾ, ਪੁੱਠੇ ਚੱਲ ਪੈਂਦੇ ਆ। ਜੇ ਕੋਈ ਬੰਦਾ ਨਿਮਰਤਾ ਵਾਲਾ ਹੋਏ ਨਾ, ਉਹਦੀ ਨਿਮਰਤਾ ਨਹੀਂ ਸਮਝਣਗੇ,
ਉਹਨੂੰ ਆਖਣਗੇ ਹੀਣ ਹੈ, ਹੀਣ ਭਾਵਨਾ। ਜੇ ਅਗਲਾ ਥੋੜਾ ਕੰਫੀਡੈਂਸ ਨਾਲ ਗੱਲ ਕਰੇ ਕਹਿਣਗੇ ਆਕੜ ਬੜੀ ਹੈ, ਹਉਮੈ। ਤੇ ਜੇ ਬਹੁਤਾ ਹੀ ਨਿਮਰਤਾ ਚ ਆ ਜੇ ਕਹਿਣਗੇ ਆ ਉਹ ਹੀਣ ਹੈ, ਡਰਦਾ ਸਾਡੇ ਤੋਂ, ਐਵੇਂ ਥੋੜਾ ਇਦਾਂ ਕਹਿੰਦਾ ਹੈ, ਡਰ ਗਿਆ। ਜੇ ਅਗਲਾ ਹੱਥ ਜੋੜਦਾ ਡਰ ਗਿਆ ਸਾਡੇ ਤੋਂ, ਫਿਰ ਪੁੱਠੇ ਚੱਲ ਪੈਣਗੇ, ਇਦਾਂ ਦਾ ਸੁਭਾਅ ਹੈ ਸਾਡਾ। ਇਸ ਕਰਕੇ ਬਾਬਾ ਠਾਕੁਰ ਸਿੰਘ ਸਨ, ਉਹਨਾਂ ਦੀ ਨਿਮਰਤਾ ਨੂੰ ਲੋਕਾਂ ਨੇ ਝੂਠ ਬਣਾ ਲਿਆ, ਝੂਠ ਜੀ, ਏਦਾਂ ਜੀ, ਗੁੰਮਰਾਹ ਜੀ। ਉਹ ਵੇਖੋ ਤੇ ਸਹੀ, ਅੱਜ ਕੱਲ੍ਹ ਤੇ ਜਿਉਂਦਿਆਂ ਨੂੰ ਕਹੀ ਜਾਂਦੇ ਨੇ ਕਦੋਂ ਇਹ ਨਿਬੜੇ, ਇਹਦਾ ਭੋਗ ਪਵੇ ਤੇ ਮੈਂ ਬਹਿ ਜਾਂ ਗੱਦੀ ਤੇ। ਵੇਖਦੇ ਨੇ ਆਪਾਂ ਬੜੇ ਥਾਵਾਂ ਤੇ, ਤੇ ਮਹਾਤਮਾ ਨੂੰ ਖਿਮਾ ਕਰਿਓ, ਇਹ ਸੱਚਾਈ ਵੱਲ ਕਈ ਥਾਵਾਂ ਉੱਤੇ ਤੇ ਗੁਪਤੀ ਕਰ ਦਿੱਤਾ, ਪਤਾ ਹੀ ਨਹੀਂ ਲੱਗਣ ਦਿੱਤਾ, ਗੱਦੀਆਂ ਦੇ ਰੌਲਿਆਂ 'ਚ, ਪੈਸੇ ਦੇ ਰੌਲੇ 'ਚ। ਤੇ ਬਾਬਾ ਠਾਕੁਰ ਸਿੰਘ ਵਰਗਾ ਕਿੱਥੋਂ ਲੱਭ ਕੋ ਲੱਭ ਲਓਗੇ, ਜੁੱਗਾਂ ਬਾਅਦ ਕੌਮ ਨੂੰ ਕਿਤੇ ਚੰਗੇ ਲੀਡਰ ਮਿਲਦੇ ਨੇ ਗੁਰਮੁਖੋ, ਜੁੱਗਾਂ ਬਾਅਦ ਆਗੂ ਲੀਡਰ ਚੰਗਾ ਮਿਲਦਾ ਕੋਈ, ਯੁੱਗ ਲੰਘ ਜਾਂਦੇ ਨੇ ਤਾਂ ਕੋਈ ਚੰਗਾ ਜਾ ਕੇ ਬਾਬਾ ਠਾਕੁਰ ਸਿੰਘ ਵਰਗਾ ਤਿਆਗੀ ਸਾਧੂ ਮਿਲਦਾ ਹੈ, ਤੇ ਜੁੱਗਾਂ ਬਾਅਦ ਹੀ ਕਿਤੇ ਕੋਈ ਚੰਗਾ ਪ੍ਰਚਾਰਕ ਮਿਲਦਾ ਜੁੱਗਾਂ ਬਾਅਦ। ਇਹ ਤੇ ਜਦੋਂ ਕਿਤੇ ਭਾਗ ਜਾਗਦੇ ਨੇ ਕਿਤੇ ਹੀ, ਹਰ ਮਾਂ ਇਦਾਂ ਦੇ ਪੁੱਤਰ ਨਹੀਂ ਜੰਮਦੀ ਬਾਬਾ ਠਾਕੁਰ ਸਿੰਘ ਵਰਗੇ, ਹਰ ਮਾਂ ਨਹੀਂ ਜੰਮਦੀ। ਸਾਡੀ ਆਪਣੀ ਆਪਣੀ ਸੋਚ ਹੈ, ਹਰ ਬੰਦੇ ਦੀ ਸੋਚ ਹੈ, ਔਗਣ ਵੇਖਣ ਵਾਲੀ ਮਸ਼ੀਨ ਹੈ, ਜਿਹੜਾ ਮਿਲਦਾ ਉਸੇ ਤੇ ਲਾ ਦਿੰਦੇ ਹਾਂ, ਔਗਣ ਹੀ ਲਾ ਦੱਸਦੀ ਹੈ, ਗੁਣ ਤੇ ਦੱਸਦੀ ਕੋਈ ਕੋਈ ਨਹੀਂ, ਚੰਗੀਆਂ ਗੱਲਾਂ ਤੇ ਵੇਖਣੀਆਂ ਨਹੀਂ, ਘਾਟਾਂ ਹੀ ਲੱਭਣੀਆਂ ਨੇ, ਬਸ ਆਹ ਘਾਟ ਹੈ, ਆਹ ਘਾਟ ਹੈ, ਆਹ ਘਾਟ ਹੈ। ਪਰ ਬਾਣੀ ਕਹਿੰਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੈ, ਕਬੀਰ ਸਾਹਿਬ ਕਹਿੰਦੇ, ਕਬੀਰ ਸਭ ਤੇ ਹੰਬਰਿਓ, ਆਹ ਗੱਲ ਹਿਰਦੇ ਵਸਾ, ਆਹ ਦਵਾਈ ਸਾਰਿਆਂ ਨਾਲੋਂ ਚੰਗੀ ਆ, ਇਹ ਮਨ ਠੀਕ ਕਰੇਗੀ ਤੇਰਾ, ਇਹਦੇ ਵਰਗੀ ਮੈਡੀਸਨ ਕੋਈ ਨਹੀਂ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਇਹ ਗੱਲ ਆਖਿਆ ਕਰ, ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੋ ਚੰਗੇ ਨੇ, ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੋ ਚੰਗੇ ਨੇ, ਹਿੱਸੇ ਚ ਦਾਸ ਬੋਲਦਾ, ਫਿਰ ਸਿੰਘਾਂ ਨਾਲ ਰਲ ਕੇ ਸਾਰੇ ਬੋਲੋ ਸਿੰਘ, ਫਿਰ ਭੈਣਾਂ ਨੂੰ ਵਾਰੀ ਦਿਓ, ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੋ, ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੋ, ਵਾਰੀ ਸਿਰ ਹਮ ਮੁਰੇ।
समझ लएगा कबीर साहब किन ने ओदे वर्गा मित्र ही कोई नहीं, मेरा मित्र है ओ जेड़ा ए गल नू समझेगा ते केड़ी गल है, मैं सारिया नालों माड़ा ते मेरे नालों सारे चंगे ने, सब ते हम बुरे हम तज भलो, सब कोई मेनू छड़ के सब चंगे ने भले ने, ए बिरती ए सोच ते टकसाल वाले महापुरख सन उन्हां दे कोल रह के सेवा कीती सेवादारा ने, नानक सर संपर्दा च भी राड़ा साहब भी जिन्हां ने घालना घाली उन्हां दा सत्कार होया, ते बाबा ईशर सिंह जी दी सेवा विच महल कलां आउंदे हुंदे सन, उत्थे बाबा जंग सिंह सन ना जिहड़े जिन्हां दा आपां शहीदी दिहाड़ा बरसी बनाने पए आ, ये गए सन घुलदे सी उस वेले आख्या घुलना तू, कहिंदे हां घुलना, पहलवान सन तगड़े सन, ਉਹ ਕਹਿੰਦੇ ਫਿਰ ਆ ਜਾ ਤੈਨੂੰ ਮਨ ਨਾਲ ਘੋਲ ਕਰਨਾ ਸਿਖਾਈਏ ਵੀ ਮਨ ਨੂੰ ਕਿਵੇਂ ਜਿੱਤੀਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਮਨ ਨੂੰ ਕਿਵੇਂ ਜਿੱਤੀਦਾ, ਜਿਉਂ ਤਿੱਖੀਆਂ ਦੋ ਤਲਵਾਰਾਂ ਦਾ, ਜਿਉਂ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਨ ਸੁਣਾਉਣਾ ਮਲ ਲੱਖਾਂ ਕੁਸ਼ਤੀ ਲੜ ਲੈਂਦੇ ਹੰਕਾਰ ਨੂੰ ਟਾਉਣਾ ਔਖਾ ਹੈ, ਮਲ ਲੱਖਾਂ ਕੁਸ਼ਤੀ ਲੜ ਲੈਂਦੇ ਹੰਕਾਰ ਨੂੰ ਟਾਉਣਾ ਔਖਾ ਹੈ, ਮਲ ਲੱਖਾਂ ਕੁਸ਼ਤੀ ਲੜ ਲੈਂਦੇ ਹੰਕਾਰ ਨੂੰ ਟਾਉਣਾ ਔਖਾ ਹੈ, ਮਲ ਲੱਖਾਂ ਕੁਸ਼ਤੀ ਲੜ ਲੈਂਦੇ ਹੰਕਾਰ ਨੂੰ ਟਾਉਣਾ ਮਨ ਲੱਖਾਂ ਕੁਸ਼ਤੀ ਲੜ ਲੈਂਦੇ ਹੰਕਾਰ ਨੂੰ ਟਾਉਣਾ ਔਖਾ ਬੋਲੋ ਜੀ, ਮਨ ਲੱਖਾਂ ਕੁਸ਼ਤੀ ਲੜ ਲੈਂਦੇ ਹੰਕਾਰ ਨੂੰ ਟਾਉਣਾ ਔਖਾ, ਸੌ ਸਕਦਾ ਹਰ ਕੋਈ ਫੁੱਲਾਂ ਤੇ, ਸੌ ਸਕਦਾ ਹਰ ਕੋਈ ਫੁੱਲਾਂ,
ਕਲਗੀ ਧਰ ਦਾ ਜਿਗਰਾ ਪੁੱਤ ਇੱਕ ਮਰਵਾਉਣਾ ਔਖਾ ਏ ਮੇਰੇ ਕਲਗੀ ਧਰ ਨੇ ਚਾਰ ਵਾਰ ਮਲ ਲੱਖਾਂ ਕੁਸ਼ਤੀ ਲੜ ਲੈਂਦੇ ਹੰਕਾਰ ਨੂੰ ਢਾਉਣਾ ਔਖਾ ਏ ਸੌਂ ਸਕਦਾ ਹਰ ਕੋਈ ਫੁੱਲਾਂ ਤੇ ਕੰਡਿਆਂ ਤੇ ਸੌਣਾ ਔਖਾ ਏ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਗਰਾ ਚਾਰ ਪੁੱਤਰ ਵਾਲੇ ਤੇ ਮਹਾਂਪੁਰਖ ਆਖਣ ਲੱਗੇ ਜੰਗ ਸਿਆਂ ਤੈਨੂੰ ਉਹ ਕੁਸ਼ਤੀ ਸਿਖਾਈਏ ਮਨ ਨੂੰ ਢਾਇਆ ਜਾਂਦਾ ਜਿਹਦੇ ਨਾਲ ਹੰਕਾਰ ਢਾਇਆ ਜਾਂਦਾ ਮਨ ਜੀਤੇ ਜੱਗ ਜੀਤ ਜਿਹਨੇ ਮਨ ਜਿੱਤ ਲਿਆ ਉਹਨੇ ਜੱਗ ਜਿੱਤ ਲਿਆ ਇਹ ਦੱਸੀਏ ਤਰੀਕਾ ਫਿਰ ਤੈਨੂੰ ਆਖਣ ਲੱਗੇ ਮਹਾਂਪੁਰਸ਼ੋ ਸਤ ਬਚਨ ਖਿੱਚ ਐਸੀ ਪਈ ਫਿਰ ਬਾਬਾ ਈਸ਼ਰ ਸਿੰਘ ਨਾਨਕ ਸਰ ਵਾਲਿਆਂ ਦੀ 12 ਸਾਲ ਸੇਵਾ ਕੀਤੀ 12 ਸਾਲ ਬਾਬਾ ਈਸ਼ਰ ਸਿੰਘ ਜੀ ਦੀ ਸੇਵਾ ਕੀਤੀ ਬਹੁਤ ਘਾਲਣਾ ਘਾਲੀ ਬੜੀ ਕਰੜੀ ਸੇਵਾ ਮਹਾਂਪੁਰਸ਼ਾਂ ਕੋਲ ਰਹਿ ਕੇ ਕੀਤੀ ਫਿਰ ਜਦੋਂ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਸੱਚਖੰਡ ਚਲੇ ਗਏ ਨਾ ਗੁਰਮੁਖੋ ਬਾਅਦ ਵਿੱਚ ਫਿਰ ਬਾਬਾ ਸਾਧੂ ਸਿੰਘ ਹੋਣਾ ਕੋਲ ਰਹੇ ਹੈ ਗੁਰ ਭਾਈ ਸਨ ਪਰ ਉਹਨਾਂ ਨੂੰ ਵੀ ਬੜਾ ਪਿਆਰ ਦਿੱਤਾ ਉਹਨਾਂ ਵਾਸਤੇ ਕੰਧ ਬਣ ਕੇ ਕਿਉਂਕਿ ਰੌਲੇ ਸੰਪਰਦਾਵਾਂ ਵਿੱਚ ਝਗੜੇ ਚੱਲਦੇ ਹੀ ਰਹਿੰਦੇ ਨੇ ਕਿਤੇ ਕਿਵੇਂ ਕਿਤੇ ਕਿਵੇਂ ਬੜਾ ਉਹਨਾਂ ਦਾ ਸਾਥ ਦਿੱਤਾ ਫਿਰ ਹੌਲੀ ਹੌਲੀ ਇਸ ਇਲਾਕੇ ਵਿੱਚ ਆਏ ਨੇ ਤੁਹਾਡੇ ਇਲਾਕੇ 'ਚ ਸਿੰਘੜੇ ਨਗਰ ਵਿੱਚ ਬਾਬਾ ਜੀ ਦਾ ਜਨਮ ਵੀ ਮੇਰਾ ਖਿਆਲ ਸਿੰਘੜੇ ਪਿੰਡ ਦਾ ਹੀ ਹੈ ਬਾਬਾ ਕਸ਼ਮੀਰ ਸਿੰਘ ਹੋਣਾ ਦਾ ਸਿੰਘੜੇ ਦੇ ਹੀ ਨੇ ਇੱਥੇ ਫਿਰ ਜਿਹੜਾ ਸਥਾਨ ਜਿੱਥੇ ਮਹਾਂਪੁਰਖ ਅੱਜ ਕੱਲ੍ਹ ਸੰਤ ਬਾਬਾ ਰਾਮ ਸਿੰਘ ਜੀ ਰਹਿੰਦੇ ਨੇ ਇੱਥੇ ਪਹਿਲਾਂ ਦਰਸ਼ਨ ਦੇ ਕੇ ਗਏ ਨੇ ਉਹਨਾਂ ਦੀ ਸਿਹਤ ਢਿੱਲੀ ਸੀ ਹਾਜ਼ਰੀ ਪਹਿਲਾਂ ਹੀ ਭਰ ਗਏ ਮੱਥਾ ਟੇਕ ਕੇ ਚਲੇ ਗਏ ਤੇ ਇਸ ਕਰਕੇ ਉਹ ਸਥਾਨ ਜੋ ਉਹਨਾਂ ਨੇ ਬੜੀ ਸੇਵਾ ਉਸ ਤੋਂ ਬਾਅਦ ਰੌਣਕਾਂ ਲਾਈਆਂ ਨੇ ਇਹ ਸਥਾਨ ਦੇ ਉੱਤੇ ਸਭ ਤੋਂ ਪਹਿਲਾਂ ਬਾਬਾ ਸਾਧੂ ਸਿੰਘ ਜੀ ਆਏ ਤੇ ਬਾਬਾ ਸਾਧੂ ਸਿੰਘ ਜੀ ਨੇ ਫਿਰ ਬਾਬਾ ਜੰਗ ਸਿੰਘ ਜੀ ਦੀ ਡਿਊਟੀ ਇੱਥੇ ਲਾ ਦਿੱਤੀ ਸੀ ਫਿਰ ਸੰਗਤ ਦੇ ਭਲੇ ਵਾਸਤੇ ਉਹਨਾਂ ਨੇ ਲੰਗਰ ਚਲਾਇਆ ਸੀ ਜਿਹੜਾ ਬਾਹਰ ਰੋਡ ਦੇ ਉੱਤੇ ਗੁਰਦੁਆਰਾ ਇੱਥੇ ਜਗ੍ਹਾ ਲੈ ਕੇ ਇੱਥੇ ਫਿਰ ਲੰਗਰ ਸ਼ੁਰੂ ਕੀਤਾ ਸੀ ਤੁਹਾਨੂੰ ਪਤਾ ਮੇਨ ਰੋਡ ਹੈ ਲੱਖਾਂ ਸੰਗਤਾਂ ਇੱਥੋਂ ਲੰਘਦੀਆਂ ਨੇ ਮਹਾਂਪੁਰਖਾਂ ਦਾ ਫੁਰਨਾ ਸੀ ਕਿ ਇੱਥੇ 24 ਘੰਟੇ ਗੁਰੂ ਕਾ ਲੰਗਰ ਚੱਲੇ ਲੋਕਾਂ ਨੂੰ ਥਾਂ ਥਾਂ ਤੇ ਗੱਡੀਆਂ ਟਰੱਕ ਰੋਕ ਕੇ ਪੈਸੇ ਨਾ ਖਰਚਣੇ ਪੈਣ ਭਲੇ ਦਾ ਕਾਰਜ ਸੀ ਭਲੇ ਸਰੀਰ ਵਿੱਚ ਹੁੰਦੇ ਤੇ ਫਿਰ ਸੰਗਤ ਜੀ ਵੇਖਣ ਵਾਲਾ ਸੀ ਸਮਾਂ ਪਰ ਚਲੋ ਹੁਣ ਵੀ ਜਿਵੇਂ ਮੌਜ ਹੈ ਸਤਿਗੁਰ ਦੀ ਤੇ ਸਾਧ ਸੰਗਤ ਉਹਨਾਂ ਦਾ ਫੁਰਨਾ ਇਹ ਸੀ ਵੀ 24 ਘੰਟੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦੁਆਰਾ ਭਲੇ ਵਾਸਤੇ ਮਹਾਂਪੁਰਖ ਯਤਨ ਕਰਦੇ ਰਹਿੰਦੇ ਨੇ ਪਰ ਉਪਕਾਰ ਕਾਰ ਸਾਰੇ ਹੀ ਕਰਦੇ ਨੇ ਉਪਕਾਰ ਉੱਚਾ ਕੰਮ ਆਮ ਕੰਮਾਂ ਨਾਲੋਂ ਉੱਚਾ ਕੰਮ ਕਾਰ ਦਾ ਤਾਂ ਮਤਲਬ ਹੋ ਗਿਆ ਨਾ ਕਾਰ ਕਿਰਤ ਕੋਈ ਵੀ ਕਰਨੀ ਉਪਕਾਰ ਸੱਚੀ ਸੁੱਚੀ ਕਿਰਤ ਉਹ ਕੀ ਉਪਕਾਰ ਆਪਣੇ ਭਲੇ ਲਈ ਨਾਮ ਜਪਣਾ ਬੰਦਗੀ ਕਰਨੀ ਕਿਸੇ ਦੇ ਭਲੇ ਵਾਸਤੇ ਆਪਣੇ ਭਲੇ ਵਾਸਤੇ ਉੱਚਾ ਕੰਮ ਉਪਕਾਰ ਕੀ ਹੈ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਸਿਮਰਨ ਕਰਨਾ ਇਹ ਸੇਵਾ ਕਰਨੀ ਇਹ ਉਪਕਾਰ ਹੈ ਆਪਣੇ ਆਪ ਤੇ ਭਲਾ ਹੈ ਉੱਚਾ ਕੰਮ ਹੈ ਆਮ ਕੰਮਾਂ ਨਾਲੋਂ ਉਪਕਾਰ ਹੈ ਉੱਚਾ ਜਦੋਂ ਅੱਗੇ ਪਰ ਲੱਗ ਜਾਂਦਾ ਪਰ ਉਪਕਾਰ ਉਹ ਕੰਮ ਜਿਹਦਾ ਫਾਇਦਾ ਆਪ ਨੂੰ ਨਾ ਹੋਵੇ ਦੁਨੀਆਂ ਨੂੰ ਹੀ ਹੋਵੇ ਉਪਕਾਰ ਉਪਕਾਰ ਪ੍ਰਾਏ ਲਈ ਬਗਾਨੇ ਲਈ ਆਪਣੇ ਲਈ ਤੇ ਸਾਰੇ ਹੀ ਕਰਦੇ ਨੇ ਮਿਹਨਤਾਂ ਕਰਦੇ ਨੇ ਪਰ ਉਹਨਾਂ ਨੇ ਕਿਹਾ ਲੰਗਰ ਚੱਲੇ ਗੁਰੂ ਕਾ ਲੰਗਰ ਭਲੇ ਲਈ ਹੀ ਹੁੰਦਾ ਬਾਬਾ ਹਰਬੰਸ ਸਿੰਘ ਕੋਲ ਗਿਆ ਇੱਕ ਕਾਰ ਸੇਵਾ ਸੇਵਾਦਾਰ ਸੀ ਇੱਧਰ ਭਵਾਨੀਗੜ੍ਹ ਕੋਲ ਦਾ ਉਹ ਨਵਾਂ ਨਵਾਂ ਭਰਤੀ ਹੋਇਆ ਹੌਲੀ ਹੌਲੀ ਜਥੇਦਾਰੀ ਮਿਲ ਗਈ ਪਿੰਡਾਂ 'ਚ ਬੋਰੀਆਂ ਲੈਣ ਜਾਣਾ ਤੇ ਤੁਹਾਨੂੰ ਪਤਾ ਹੀ ਹੈ ਫਿਰ ਬੋਲ ਕਬੋਲ ਕਿੱਦਾਂ ਦੇ ਸੁਣਨੇ ਪੈਂਦੇ ਨੇ ਕਈ ਵਾਰੀ ਤੁਹਾਨੂੰ ਪਤਾ ਹੈ ਗੱਲ ਪੈ ਜਾਂਦੇ ਨੇ ਘਰਾਂ 'ਚ ਰਹਿਣ ਵਾਲੇ ਲੋਕ ਵੀ ਆ ਗਏ ਬੋਰੀਆਂ ਲੈਣ ਇੱਥੇ ਬੀਜ ਕੇ ਗਏ ਸੋ ਤੁਸੀਂ ਬੜਾ ਕੁਛ ਸੁਣਨ ਨੂੰ ਆਪਾਂ ਨੂੰ ਮਿਲਦਾ ਨਾ ਪਿੰਡਾਂ 'ਚ ਤੇ ਗੁਰੂ ਘਰ ਦੀ ਸੇਵਾ ਕਰਨੀ ਵੀ ਕੋਈ ਸੌਖੀ ਜੀ ਬਾਤ ਨਹੀਂ ਗੁਰਮੁਖੋ ਘਰ ਸੇਵਾ ਵਾਲਿਆਂ ਦੀ ਵੀ ਬੜੀ ਵੱਡੀ ਦੇਣ ਹੈ ਤੇ ਮੈਂ ਇਹ ਬੇਨਤੀ ਤੁਹਾਨੂੰ ਪਹਿਲਾਂ ਕੀਤੀ ਹੈ ਕਿ ਜਿੱਥੇ ਸੰਪਰਦਾਵਾਂ ਵਿੱਚ ਬੜੇ ਬੜੇ ਗੁਣ ਹੁੰਦੇ ਨੇ ਉੱਥੇ ਕੋਈ ਨਾ ਕੋਈ ਘਾਟ ਵੀ ਆ ਜਾਂਦੀ ਸਮਾਂ ਪਾਕ ਹਰੇਕ ਘਰ ਵਿੱਚ ਹੀ ਹੈ ਤੁਸੀਂ ਕਹੋ ਸਾਡੇ ਘਰ 'ਚ ਸਭ ਕੁਝ ਚੰਗਾ ਹੀ ਚੰਗਾ ਹੁੰਦਾ ਚੰਗਾ ਨਹੀਂ ਮਾੜਾ ਵੀ ਹੁੰਦਾ ਹੈ ਸਾਰੇ ਹੀ ਚੰਗੇ ਨੇ ਇੱਕੋ ਘਰ ਦੇ ਜੀਵ ਵੱਖਰੇ ਵੱਖਰੇ ਸੁਭਾਅ ਹੋ ਸਕਦੇ ਨੇ ਸੰਪਰਦਾਵਾਂ ਵਿੱਚ ਵੀ ਕਾਂਗਿਆਰੀ ਆ ਜਾਂਦੀ ਹੈ ਸਾਰੇ ਸਿੱਖ ਚੰਗੇ ਨੇ ਕਾਂਗਿਆਰੀ ਸਾਡੇ 'ਚ ਹੈਗੀ ਸਾਰੇ ਹਿੰਦੂ ਮਾੜੇ ਨੇ ਉਹਨਾਂ 'ਚ ਚੰਗੇ ਹੈਗੇ ਨੇ
माड़े चंगे उन्हां च भी ने साडे च भी ने मुसलमाना च भी ने माड़े चंगे लोग होंगे ने सारा धर्म तो नहीं माड़ा हो सकता सारे लोग तो नहीं माड़े होंगे तो संगत जी उस वेले जो मैं अर्ज कर रहा संके बाबा हरबंस सिंह जी को गया सेवा दा बाबा जी बड़ा कुछ लोग बोलते ने बड़ा कुछ लोग बोलते ने पुठा सीधा भी बोलते ने गाला भी कढ़ते ने बोरियां लैन जाने आ ते तुहाडे असी सेवादार आ इत्थे लोग बोरियां भर भर के भेटा कर जांदे ने महापुरख बाबा हरबंस सिंह उन्हां दी इन्नियां सेवावां उन्होंने कीतियां ने दिल्ली दीवान विच मैं बाबा हरबंस सिंह जी दे कई गुरुद्वारां दा जिक्र कीता मैं ते गिणती थक गया सां मेरे तो इन्ने गिणे नहीं सन जांदे पहली वारी मैं परची रखी बाजे ते पहली वारी 12-13 सालां च इन्ने मैनूं याद ना होण वी मैं किन्ने गुरुद्वारां दा नां लिया लवां पढ़ के मैनू बोलने पे गुरुद्वारे इन्ने बाबा आनंद सिंह बाबा हरबंस सिंह होना ने गुरुद्वारे बनाए ने की संगत की सेवा है पर अगे लग के ये बड़ी वड्डी सेवा उन्होंने महापुरख बाबा हरबंस सिंह जी ने की है मैं तो इतों तक भी कहता रहा उन्होंने शरीर च होंदया भी किया है कि गुरु घर की कई लोग आखते हैं करामात विखाओ बाबा हरबंस सिंह वेख लो ज्यौदे जाग की करामात ही सी हो ही नहीं सकता जेड़ा काम वो कर देंदे सी जेड़े लोग कह देंदे सी भी ये नहीं हो सकता सरकारां दे जिथे हथ खड़े हो जांदे सी उथे बाबा हरबंस सिंह ने लिया कराइए सेवा ज्यौंदियां जागदियां महापुरख करामाता ही हुंदे ने करामात होर की हुंदी क्यों लगे हो महापुरशो क्यों लगे हो इन्हां दे पिछे किसी ने पुछिया सामने पहाड़ वल नजर करके आखन लगे ओए ओ पहाड़ दिसदा ना किड्डा वड्डा है जोर ला लै सरकार कुछ नहीं कर सकती कहिंदे जे ये एक बार इशारा कर देना शाम नूं पधरा करा देंगे आखो सतनाम शाम नूं पधरा करा देंगे इन्नी ताकत दे मालक ने इन्नी दुनिया मनदी है इन्हां दी इन्ने आखे लगदे ने लोक इन्हां दे आखे लोग लगदे उसे दे ही हुंदे ने जिहड़ा सतगुरु दे आखे लग्या होवे जिहने जिहड़ा गुरु दे आखे लग्या होवे ना लोग फिर उहदे आखे ही लगदे ने बचन उसे का मनते ने जिन्हें गुरु का बचन मनिया हो दूजे का नहीं मनता कोई जिन्ना मर्जी कही जो असर ही नहीं होंगे असर होएगा ही होगा जिदे उत्ते खुद उत्ते असर है महापुरख बाबा अतर सिंह जी मस्तवाने वाले को आ गई बीबी कहती बाबा जी मेरा मुंडा गुड़ बड़ा खाता इन आखो गुड़ ना खाए तो महापुरश आखन लगे सवेरे ले आई बीबी सवेरे इन आख दें वह गई लै गई अगले दिन फिर मोड़ के लियाई कहती बाबा जी आखो सू भी गुड़ बड़ा खाता है महापुरश आखन लगे काका गुड़ ना खाया कर कहिंदा जी सत बचन निक्का जा बच्चा महापुरशां दा बचन मन गया बच्चे मन गए निक्के जा निक्का जा बच्चा दिल साफ हुंदे ने बच्चियां दे कह दिओ ना भी बच्चे बेटा मत्था टेक इधर चुक मत बच्चियां नूं मत्था जदों टेक दिओ सिखाया करो इदां मत्था टेक बेटा चंगी तरह इदां नमस्कार गोडे ला धरती ते चंगी तरह सिर ला धरती नाल मस्तक नाल धूड़ ला इदां बच्चियां नूं मत्थे टिकाया करो वह बच्चा सारी जिंदगी उवें ही मत्था टेकेगा भी इदां सिखाया है सिखाएंगे सिखावांगे असीं कि अज्ज आप नहीं चज तरह मत्था टेकना सानू ते अज तक आप नहीं आया मत्था टेकना अजे तक नहीं आया 12-12 साल रहीए संतां दी टोली फिर जाके आउंदी साधुआं दी बोली असीं की दसांगे बच्चियां नूं सानू ते आप नहीं पता भी महाराज नूं मत्था टेकी दा किदां है बन बन के भाई दा धक्के नाल बह जाओ ओए महाराज जाणगे फिर जायो फिर तो उठ पैंदे ने फरे कहिंदे डंडूला उठदा है फिर चल पैंदे ने बाहर नूं फिर भाई दा बह जाओ तरले कर करके वेखी दई है हुण प्रोग्राम है कई जाईदा सारे अद्धा दीवान उदां इतिहास सुनाईदा अद्धा इन्हां नूं बेनतियां करदी लंघ जांदे बहि जाओ अजे टिक जाओ फिर तुर पैंदे ने भी बिस्तरा ही उड़ीकदा होणा आया ही नहीं भौर अजे तक ध्यान बस उधर ही रहिंदा भी उह ते उह किते भज्जिया चला है सतसंग दीआं घड़ियां भागां नाल मिलदीआं ने महाराज दे चरणां च बहिदा एकाग्रता बना के ते बच्चियां नूं सिखाया करो भी इदां बेटा मत्था टेक उह महापुरशां को लै आया और बीबी लियाई कहती बाबा जी इन आखो भई ये गुड़ ना खाए महापुरुष आंदे ने काका गुड़ नहीं खाना सत बचन कहिंदा जी अज तो नहीं खांदा वो बीबी कहती बाबा जी गल ती इन्नी कोई कहनी सी कल कह दें फिर आई मैं कल गई फिर अज आई निकी जी गल सी भी गुड़ ना खा तुहाडा की बिगड़दा सी कल ही कह दें मेरा इन्ना टाइम लग गया महापुरुष आंदे ने कल मैं खांदा सा रोटी तो बाद मैं आखना गुड़ लियाओ कल दा मैं छड्डिया ते तां अज इहनूं आखिआ मेरी जमीर आग्या नहीं देंदी जिहड़ा कम मैं करना वह किसी दूजे नूं रोकां पर असीं ते उपदेश जिन्ना मर्जी करा लो साडे तो सारे ही प्रचारक है दाड़ी नहीं रखी प्रचार करेगा भाई तारू सिंह ने खोपरी लुहाती सी केस जरूरी ने रखे है नहीं गल ओह भी कर दिंदा
शराब बड़ी निरी जहर है कि शराब है कि जहर ये पर करिए कि पी भी जाते ने पीने वाले लैक्चर भी शराब के विरुद्ध देंगे पर पी भी पीणगे भी आप ही इदा दिया गल्ला ए नहीं गुरमुखो वो जो कहिंदे आ उनू कमाउंदे भी आ करनी भी हुंदी है जो आखना है वो पहला कमाना भी है ते ए पक्की गल्ल है गुरमुखो असर होएगा ही तां जे खुद ते असर होया होएगा नहीं तो पता लग जांदा भी जी भी बोलदी है मन नहीं बोलदा दिलों बोलण वालियां दी गल दिल तक जांदी है जीभ तो बोलण वालियां दी गल सिर्फ कन्ना तक जांदी है उदू गां जांदी कोई नहीं साडी ये पक्की निशानी होएगी जिहड़ी दिल नूं तुंबे ना गल इदां लगेगा भी दिलों निकलदी है ते जिहड़ी कन्नां दे विच ही खत्म हो जाए वो समझ लो भी वो सिर्फ जीभ तो आ रही है अंदरों नहीं आ रही अंदरों आने वाली गल का असर तुर तक होंदा है अंदर तक होंदा इस करके जो किया उन्हें कमाया निध्यासन करना पहरा देना यह बड़ा लाजमी है ते महापुरखां कोल गया कहिंदा बाबा जी बड़ा कुछ लोग आंदे ने बाबा हरबंस सिंह जी आ दिओ खैक मैनू भी पेटी फड़ा दिओ ते मैं गुरद्वारा पूरा कर देंगे जिहड़ी सेवा मैनू लाई है मैं घर घर क्यों मंगण जावां बड़ा औखा है लोग बड़ा कुछ बोलते ने पुठा बोल दिया ने कई बीबिया झाड़ू लैके मगर पै जांदियां ने बड़ा कुछ कहिंदियां ने महापुरख आखन लगे गल सुन जिन्हें गुरद्वारियां दी सेवा करा रहे हैं ना सतगुरु की कृपा एडे तनाड सिख बैठे ने शाहूकार असी आखिए ना एक हफ्ते च सारे गुरद्वारे बना देंगे एक वीक च सब गुरद्वारे मुकम्मल हो सकते ने पर भाई गुरमुखा संगतां दा भला किवें होएगा भावें धक्के नाल ही सही पर जिहड़ा वो पीपा अद्धा पीपा बोरी अद्धी बोरी आ जांदी है ना धक्के नाल ही भावें कह के ही लै लैने आपां उहदे नाल उह बीजिया जांदा उद्दां इहनां ने कित्थे कढ़ने ने आ गजा हुंदी उद्दां असीं दसो 60 रोटियां महीने दियां 30 दो दो भी रोज दिओ ते 60 रोटियां चलियां गईआं वेखो बीजिया गया ना बहाना ही है इदां ही है वो महापुरश इक गए उन्होंने भला करने वास्ते सोचा कहिंदे सी ते जप नहीं आ जिहड़े पिंड च रहिंदे इन्हां दा भी भला हो जाए माड़ा मोटा उन्होंने की कीता ध्यान देना जरा उन्होंने पिंड चों गजा करनी शुरू कर दित्ती मंगण वास्ते जाना ते मंग के जिन्ने टोकरे च प्रशादे होने दाल होनी दुध होना कच्ची लस्सी बना के ते दुध ते दाल दा लंगर जो बाहर रोड नेड़े राह सी राह दे उत्ते ला देना रोज उन्होंने हुण आप ते वेले ही सन कहिंदे मैनू ते दो मिल ही जांदियां ने बहाने नाल चलो नाले लंगर चलेगा मैं मेहनत करके गजा करके ले आया करांगा चलो गरीब गुरबा खाएगा पिंड दा भी भला हो जाएगा उन्होंने गजा शुरू कर दित्ती पिंड चों मंगण जाण करन ते आखण कर भला हो भला अंत भले दा भला यह नारा लांदे सन कर भला हो भला अंत भले दा भला रोज उन्होंने यही गल आखनी एक परिवार सी वह बस दे देंदे सी रोटी पर बीबी बड़ी चिड़दी सी कहिंदी सी आ ना आख्या कर कर भला हो भला अंत भले ये ना आख्या कर तू रोटी लै जा कर जड़ी ली जानी वो करे बीबी तेरे पिछे मैं अपना सुभा थोड़ा छड़ देना है नाइया की कट्टी पिछे बग थोड़ा भुखा मारना है मैं तेरे पिछे अपना सुभा छड़ दिया तेरे पिछे मैं अपनी आदत बदल दिया तू आखनी है एदा नहीं हो सकता मेरा सुभा है वह नहीं बदलिया जाएगा होया कि उन्होंने उदा ही कहना कर भला हो भला की ये खान पाना है तू मंग लिया कर उदा ही रोटी ले आ ना मैनू क्या मैनू चंगा ही नहीं लगती तेरी गल लड़ी सी घर वाले नाल गुस्सा उन्हें बाबे ते कढ दिता प्रशादे दो बनाए बिच जहर पाती कहिंदी वेखांगे कहिंदा कर भला हो भला मैं वेखनी हां मेरा बुरा की हो चलिया वेहनी हां किहड़ी लत टुट चली है उन्हें दो प्रशादे बनाए ते बना के बिच पाते वह प्रशाद अगा जा हुंदी रही होर घर चो मंगदिया फिर जाके उथे जिथे जाके लंगर लगना सी लाता वेखने अज की हुंदा है वह प्रशादे वरता रहे उस माई के दो मुंडे कदे नहीं लंगर च वड़े अज कहिंदे घर दियां दे रोज ही खाने अज लंगर खा चलने बह गए लंगर चा के उस वाहिगुरु का वाजा लाउंदा बाबा वरतांदा आ गया उधरों माई दे मुंडियां दी वारी आ गई ते उधरों ओ दो प्रशादियां दी वारी आ गई लो भी एक कोदे हाथ ते कोदे हाथ ते रख दिता प्रशादा दुआं ने छकिया शराब अपना असर विखा जांदी है अंदर जाके लख लकोलो लाचियां छब्बी जो पता लग ही जांदा भी तौर बदल गई इहदी
जिन्ना मर्जी लुको लो लग ही जाता पता। मैं लाडवे भी बेनती की असी गए ऑस्ट्रेलिया उथे गड्डिया पजा लिया लेट हो गए संदवान तो मैं आख्या दबी चलो चल तेज चलो वो तेज ही बड़ी गए तो वह रस्ते च पुलिस आलिया ने घेर लिया वो आखन लगे भी असी तो ध्यान देना कहते असी तो जी चेक करना है भी शराब पीती सानू फोन आया भी ये बंदे बड़ी तेज पांच चार गड्डियां भज्जियां ही जांदियां असी सिडनी तो मेलबोर्न गए बाई रोड तो उत्थे उन्होंने रोक लिया सानू तो उन्हां कोलों मशीन नहीं सी जिहदे नाल ओह एक दो तीन कहण भी उहदे नाल हवा साह आए तो मशीन दस दिंदी भी इहदे साह तो पता लग जांदा है भी इहने पीता है शराब पीती नशा कीता है। इदां दीआं मशीनां ओह जिहड़े उत्थों वाले ने पुलिस वाले ओह कोल रखदे ने तो मशीन ते लभी ना उन्हें ना एक चाक लैके लकीर खिंच दिती लंबी तीह चाली फुट की लकीर खिंच के ड्राइवर नूं आंदे ने ते तुर के विखा लै बिलकुल पैर ते पैर रख इदा सीधा तुर वह बिलकुल जो सीधा तुर के आया वह कहिंदे जाओ भी शराब नहीं पीती एवें काली च ने चलो छड्ड दिता उन्होंने सानू। मैं उन्हूं आख्या ड्राइवर नूं मैं आख्या गल की सी बई आह की लकीर खिंच दिती सी कहिंदा उन्हें लकीर खिंची सी भी पता लग जाए शराब तो नहीं पीती। मैं बड़ा हसया मैं क्या साडे वाले होंदे ना उन्होंने लकीर ही डिंगी खिंच देनी आखे क्यों मैं क्यों आप ही पी के खलोते होंदे ने नाके ते जेड़े लकीर खिंचण वह सीधी ता खिंचणगे जे आप सूफी होणगे वह तो आप ही पी के ड्यूटियां करन वाले ने। पर खिमा करियो मैनू पुलिस वाले भी माफ कर दिओ सारे नहीं इक्को जे होंदे सारे नहीं। मैं पिछली दिवाली ते अपने स्थान तो निकलिया दिवाली ते लोग रूड़ियां ते भी दीवे जगा देंदे कोई रूड़ी ते दीवा जगाए कोई मड़ी ते दीवा जगांदा कोई किते पुलिस वाला बैरियर ते दीवा पे तरे इत्थे हरेक खलो के। मैं गुरु ग्रंथ साहब के चरणां च सच्ची कहना पसियाणा साडे बिलकुल नेड़े चौंकी पैंदी है। मैं दिवाली वाली रात नूं प्रशादा छकण किसे दे घर गया उहदे उत्ते उहदे बैरियर दे उत्ते जिहड़ा नाका लांदे ने उहदे उत्ते दीवा तरे मैं कहा इहनूं इह भी मेरा कम भी चलदा रहे रुकते रहन दो वेखो अपना अपना काम है। चलो वेखो ये सच्चाई भी है पर सारे आप जे कही एको जे सारे नहीं गुरमुखो वह भी फौजी सन जिन्होंने अटैक कर दिता सी वह भी फौजी सन जिन्हों के बच्चे अज तक रुलते फिरते ने जेडे कहिंदे सी मरनी मर जाएंगे असी हरिमंदर साहब से गोली नहीं चला सकते उन्होंने बच्चे अजे भी रुलते अज नूं ते वड्डे वड्डे सूबेदार बने होना सी जिन्हां नूं असीं कहिंदे आ धर्मी फौजी आखो सतनाम श्री वाह धर्मी फौजी ने ये धर्म कमाउण वाले आ। अज भी तुसीं वेखो उन्हां दे बच्चे रोटी तों आतुर ने हजारां धर्मी फौजी सन जिन्हां ने अस्तीफे दित्ते सी ऐसी सरकार दी नौकरी नहीं करनी साडे हरिमंदर ते हमला कर दिता अकाल तख्त साहिब ते हमला कर दिता वह भी फौजी सन। पुलिस वालियां दे विच भी बड़े बंदगी वाले गुरमुख भी हुंदे ने भजन वाले भी हुंदे ने पर हाँ ठीक है ये साढ़े सारिया महकमिया विच ही अजकल आपां वेख रहे हैं की कुछ हो रहा है आपां वेख नहीं ते संगत जी जो मैं बेनती कर रहा सां कदे नहीं सन रुके अज बच्चे रुक गए कहिंदे घर दी ते रोज ही रोटी खाने आ लंगर विच चलीए ते प्रशादा जहर ने अपना असर विखाणा है शराब ने अपना असर विखाणा है अमृत छक लो अमृत ने अपना असर विखाणा गुरमुखो जे अमृत धारी होए होवांगे जे सिंह सजे होवांगे ते अमृत जेड़ा है ना ध्यान दिओ अमृत अपना असर जरूर विखांदा है ते शराब उन्होंने जदों जहर वाले प्रशादे छक लए ते जहर ने अपना असर विखाता एकाग्रता बना के रखो दोवें तड़फण लग पए दोवें तड़फण लग पए छेती छेती रौला पै गया होया कि वैद सद्या बीबी नूं जा खबर दित्ती आंदे ने बीबी तेरे मुंडे मर चले ने जहर चढ़ गई कि होया कि कहिंदे प्रशादे छके सी लंगर चों होर ते कोई गल नहीं ते विच ही लोग गल्लां करन कहिंदे बाबा किहड़ा आप बणांदा किसी ने जहर दिपाता होना विच गल्लां करदे ने ओह नाले भज्जी जाए जदों आखिया जहर वाले प्रशादे छके ने कहिंदी इह ते मैं ही कीता चेता आ गया बच्चियां कोल नहीं गई अपने कोल ओह कहिंदी बाबा जी संगत कट्ठी करो मैनू पता है रब संगत दी नहीं मोड़दा ये पाप मेरे पापण तो ही होया ये गलती मेरे तो ही होई है ते मैनू माफी मंगवा दिओ मेरे बच्चे बच जाण जिहड़ी एक एक रोटी उन्हां खाधी उह मेरियां पकाईयां ही सी मैनू नहीं सी पता जिहड़े आ प्रशादियां च जहर पई पानी आ ये मेरे बच्चियां नूं खाने पै जाणगे
मैनू नहीं सी पता इस गल का। उस वेले गुरमुखो वो फिर तरस आ गया, कहिंदे बीबी फिर है तो गल ठीक है ना, कर भला हो भला, अंत भले का भला, फिर कर बुरा हो बुरा, अंत बुरे का बुरा भी तो होना है। जिहा बीजा सो लुना करमा संधड़ा खेत, बीजांगे वड्डना तो यह भी पैना है। की होएगा हुण? कहिंदी अरदास करो, अरदास बिरथी नहीं जांदी जे संगत च कीती जाए। अरदास कीती सच्चे पातशाह जीव भुलदे ने माफ कर दिओ। जिहड़ा वैद कहिंदा सी बचदे नहीं, हुण कहिंदा मरदे नहीं, ठीक हो जाणगे, कृपा हो गई। चलो गल मैं मुकावां, हमेशा परोपकार दे वास्ते, भले वास्ते महात्मा महापुरख गुरमुख हमेशा हमेशा सोचदे आ, पर है सौखा नहीं। दुनियादार की जाने रमज फकीरां दी, 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 दुनियादार की जाने रमज फकीरां दी। करनी फकीरी क्या बलगीरी, सदा भजन विच रहना, ओ करनी फकीरी क्या दलगीरी, सदा भजन विच रहना, 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 करनी फकीरी क्या दलगीरी, करनी फकीरी क्या दलगीरी, सदा भजन विच रहना, दर दर पैंदी भिखिया मंगनी, दर दर पैंदी भिखिया मंगनी, बोल कबोल भी सहना, दर दर पैंदी भिखिया मंगनी, बोल कबोल भी सहना, संतरेण यो चाल फकर दी, क्यों नहीं मर रहना, संतरेण यो चाल फकर दी, क्यों नहीं मर रहना, संतरेण यो चाल फकर दी, क्यों नहीं मर रहना, संतरेण यो चाल फकर दी, क्यों नहीं मर रहना, संतरेण यो चाल फकर दी, क्यों नहीं मर रहना। फकीरी दी निशानी है, गुरमुखां दी निशानी है, करनी फकीरी क्या दलगीरी, सदा भजन विच रहना। हुण वेखो पहला आउण वालियां नूं रोकदे रहे, हुण जाण वाले तुर पए। वाहे, मैं पहला भी यह बेनती कीती सी, मैं हुण सिर्फ 5 मिंट च प्रसंग पूरा कर देना। बाबा जी दी गल मैं करनी चाहुंदा सां, मैं सच्ची कहना गुरमुखो, बहुत मेरा दिल तड़फदा है जदों मैं इदां विच हिलदिया वेखना ना संगत नूं, जिन्हां ने रंग च भण भंग पाउणा हुंदा ना, उन्हां नूं आउणा नहीं चाहीदा, उन्हां नूं दीवान च आउणा नहीं चाहीदा। गुरु ग्रंथ साहिब नूं मत्था टेकना है, वह नेड़े गुरद्वारा साहब जिहड़ा भी सी उत्थे ही टेक लैंदे, गुरद्वारे ते थां थां ते बणे, मत्था उत्थे टेक लैंदा, नमस्कार कर, सतगुरु दीआं खुशियां लै जिन्ना टाइम तेरे कोल बह जाए। पर जे संगत च आउणा है ते संगत विच बहण दा तरीका होना चाहीदा है, ये पता होना चाहीदा कि जदों मैं हिलांगा फिर किन्नियां दे मन उखड़दे ने, विच किन्नी एकाग्रता भंग होंदी, इस गल दा ख्याल रखना चाहीदा। उन्हां वेलियां विच बड़ा तुहानू पता है, सन 78 तों बाद जो कि धर्म युद्ध मोर्चे लगने शुरू होए, धर्म युद्ध मोर्चा उधर लग्या, महापुरख बाबा जरनैल सिंह होर भी उन्हां वेलियां दे अकाली आगू सारे रल मिल के मोर्चे लगदे सन। एक कानफ्रेंस रखी गई तरन तारन, ते तरन तारन जिहड़ी कानफ्रेंस रखी सी
ਉਹਦੇ 'ਚ ਸ਼ਾਮਲ ਹੋਣ ਵਾਸਤੇ ਹਜ਼ਾਰਾਂ ਸੰਗਤਾਂ ਆਈਆਂ। ਉਹਨਾਂ ਸੰਗਤਾਂ ਵਿੱਚ ਇੱਕ 40 ਸੰਗਤਾਂ ਦਾ 40 ਸਰੀਰ ਸਨ ਬੱਸ ਵਿੱਚ। ਉਹ ਤਰਨ ਤਾਰਨ ਸਾਹਿਬ ਜਾ ਰਹੇ ਸਨ, ਜਾ ਤੇ ਕਾਨਫਰੰਸ ਵਿੱਚ ਰਹੇ ਸਨ। ਧਰਮਯੁੱਧ ਮੋਰਚਾ ਲੱਗਾ ਸੀ ਜਦੋਂ ਕਾਨਫਰੰਸ ਅਟੈਂਡ ਕਰਨ ਲਈ, ਪਰ ਉਹ ਇੱਕਦਮ ਟ੍ਰੇਨ ਆ ਗਈ ਤੇ ਉਹ ਟ੍ਰੇਨ ਉੱਪਰ ਚੜ੍ਹਨ ਕਰਕੇ 40 ਦੇ 40 ਉੱਥੇ ਸ਼ਹੀਦ ਹੋ ਗਏ। ਚੱਲੇ ਗੁਰਦੁਆਰੇ ਸਨ, ਲੇਖੇ ਲੱਗ ਗਏ। ਹੁਣ ਜਦੋਂ ਗੁਰਦੁਆਰੇ ਆਉਣ ਲੱਗਾ, ਜਿਹੜਾ ਬੰਦਾ ਇੱਦਾਂ ਸ਼ਹੀਦ ਹੋ ਗਿਆ, ਸ਼ਹੀਦ ਹੈ, ਉਦਾਂ ਤੇ ਮਰ ਗਿਆ, ਕੋਈ ਟ੍ਰੇਨ ਚੜ੍ਹ ਗਈ ਉੱਤੇ ਮਰ ਗਿਆ। ਪਰ ਉਹ ਧਰਮ ਵਾਸਤੇ ਜਾ ਰਹੇ ਸਨ ਵੀ ਉੱਥੇ ਕਾਨਫਰੰਸ ਹੋ ਰਹੀ ਹੈ, ਤੇ ਉਹ ਐਸੇ ਸ਼ਹੀਦ ਹੋਏ। ਉਹਨਾਂ ਦਾ ਸੰਸਕਾਰ ਕਰਕੇ ਉਸ ਵੇਲੇ ਦੇ ਆਗੂਆਂ ਨੇ ਸੋਚਿਆ ਵੀ ਅਸੀਂ ਕੇਂਦਰ ਅੱਗੇ ਜਾ ਕੇ, ਕੇਂਦਰ ਸਰਕਾਰ ਨੂੰ ਇਹ ਪਾਰਲੀਮੈਂਟ ਅੱਗੇ ਜਾ ਕੇ ਧਰਨਾ ਦੇਣਾ, ਅਸੀਂ ਦੱਸਣਾ ਹੈ ਵੀ ਸਾਡੇ ਸਿੱਖਾਂ ਨਾਲ ਧੱਕਾ ਹੋਇਆ ਹੈ। ਅਸਥੀਆਂ ਲੈ ਕੇ ਨਾ ਉਹਨਾਂ ਦੀਆਂ 40 ਦੀਆਂ ਉਹ ਜਾ ਰਹੇ ਸਨ ਦਿੱਲੀ, ਤੇ ਮਹਾਂਪੁਰਖਾਂ ਕੋਲ, ਬਾਬਾ ਜੰਗ ਸਿੰਘ ਜੀ ਕੋਲ ਆਏ ਅਰਜਨ ਨਗਰ ਇੱਥੇ ਤੁਹਾਡੇ ਨੇੜੇ ਕਰਨਾਲ ਵਿੱਚ। ਬੇਨਤੀ ਕੀਤੀ, ਬਾਬਾ ਜੀ ਅਸੀਂ ਅਰਜਨ ਨਗਰ ਰੁਕਾਂਗੇ ਤੇ ਤੁਸੀਂ ਲੰਗਰ ਦੀ ਸੇਵਾ ਕਰੋ। ਬਾਬਾ ਜੰਗ ਸਿੰਘ ਜੀ ਨੇ ਇੱਥੇ ਤੁਹਾਨੂੰ ਦੱਸਿਆ, ਮੈਂ ਲੰਗਰ ਲਾ ਹੀ ਦਿੱਤਾ ਸੀ ਪਹਿਲਾਂ। ਬਾਬਾ ਜੀ ਕਹਿੰਦੇ ਸਿੱਧਾ ਤੁਹਾਨੂੰ ਜੋ ਚਾਹੀਦਾ ਸੀ ਪਹੁੰਚਾ ਦਿੰਦੇ ਹਾਂ। ਕਹਿੰਦੇ ਨਹੀਂ ਬਾਬਾ ਜੀ, ਅਸੀਂ ਪਕਾਵਾਂਗੇ। ਕਿਵੇਂ? ਤੁਸੀਂ ਪੱਕਿਆ ਪਕਾਇਆ ਲੰਗਰ ਸੰਗਤ ਨੂੰ ਦਿਓ। ਬਾਬਾ ਜੰਗ ਸਿੰਘ ਨੇ ਆਖਿਆ ਸਤ ਬਚਨ। ਹੁਣ ਤਕੜਾ ਜਥਾ ਸੀ, ਪੰਜਾਬ ਚੋਂ ਚੱਲਿਆ, ਚੱਲਦੇ ਚੱਲਦੇ ਕਰਨਾਲ ਆਏ ਨੇ, ਅਰਜਨ ਨਗਰ ਰੁਕੇ ਨੇ। ਇੱਥੇ ਫਿਰ ਬਾਬਾ ਜੰਗ ਸਿੰਘ ਜੀ ਨੇ ਸੇਵਾ ਕੀਤੀ ਬੜੀ, ਪ੍ਰਸ਼ਾਦਾ ਪਾਣੀ ਛਕਾਇਆ। ਇਹ 9 ਰਾਤ ਦੀ ਗੱਲ ਹੈ, 9 ਰਾਤ 9 ਨੂੰ ਸਵੇਰੇ ਇੱਥੋਂ, 8 ਨੂੰ ਇੱਥੇ ਪਹੁੰਚੇ ਨੇ। 9 ਨੂੰ ਫਿਰ ਇੱਥੋਂ ਜਾਣ ਲੱਗਿਆਂ ਨੇ ਆਖਿਆ, ਕਹਿੰਦੇ ਬਾਬਾ ਜੀ ਤੁਸੀਂ ਵੀ ਨਾਲ ਹੀ ਚੱਲੋ। ਹੁਣ ਜਜ਼ਬਾ ਤੇ ਅੰਦਰ ਹੈ ਹੀ ਸੀ। ਕਹਿੰਦੇ ਨੇ ਬੜੇ ਹੌਸਲੇ ਵਾਲੇ ਸਨ ਬਾਬਾ ਈਸ਼ਰ ਸਿੰਘ ਜੀ ਨੇ ਕਈ ਵਾਰੀ ਆਖਣਾ, ਕਹਿੰਦੇ ਜੰਗ ਸਿਆਂ ਤੇਰੇ ਤੋਂ ਵੱਡਾ ਹੀ ਜੰਗ ਕਰਾਉਣਾ, ਵੱਡੀ ਸੇਵਾ ਲੈਣੀ ਤੇਰੇ ਤੋਂ। ਇਹ ਵੀ ਕਈ ਵਾਰੀ ਆਖਣਾ ਤੇ ਕਈ ਵਾਰੀ ਸੰਗਤ 'ਚ ਇਹ ਵੀ ਆਖਣਾ, ਇੰਨਾ ਇਹਦੇ ਅੰਦਰ ਜਜ਼ਬਾ ਹੈ, ਇੰਨਾ ਅਣਖ ਵਾਲਾ ਹੈ। ਕਈ ਵਾਰੀ ਬਾਬਾ ਜੀ ਨੇ ਇੱਥੋਂ ਤੱਕ ਵੀ ਕਹਿ ਦੇਣਾ, ਕਹਿੰਦੇ ਪਿਛਲੇ ਜਨਮ ਵਿੱਚ ਭਾਈ ਬਚਿੱਤਰ ਸਿੰਘ ਸੀ, ਗੁਰੂ ਗੋਬਿੰਦ ਸਿੰਘ ਨਾਲ ਸੇਵਾ ਕੀਤੀ ਹੈ। ਇੱਦਾਂ ਵੀ ਬਚਨ ਬਾਬਾ ਈਸ਼ਰ ਸਿੰਘ ਜੀ ਨੇ ਕਰਨਾ। ਤੇ ਮੈਂ ਤੁਹਾਨੂੰ ਫਿਰ ਉਹੀ ਬੇਨਤੀ, ਮੈਂ ਪਹਿਲਾਂ ਇੱਕ ਬੇਨਤੀ ਸ਼ੁਰੂ 'ਚ ਕੀਤੀ ਸੀ ਵੀ ਜਿਹੜਾ ਚਿੰਤਨ ਕਰਦਾ ਉਹਦਾ ਚੇਤਾ ਰੱਬ ਜਿੱਡਾ ਹੀ ਹੋ ਜਾਂਦਾ ਹੈ। ਰੱਬ ਨੂੰ ਸਭ ਚੇਤੇ ਨੇ ਤੇ ਬੰਦਗੀ ਵਾਲੇ ਨੂੰ ਵੀ ਚੇਤਾ, ਇੰਨਾ ਚੇਤਾ ਵੱਡਾ ਹੁੰਦਾ ਵੀ ਪਤਾ ਹੁੰਦਾ ਪਿਛਲੇ ਜਨਮ 'ਚ ਕੀ ਸੀ, ਅਗਾਂਹ ਇਹਨੇ ਕੀ ਬਣਨਾ। ਤੇ ਬਾਬਾ ਈਸ਼ਰ ਸਿੰਘ ਜੀ ਨੇ ਜੇ ਬਚਨ ਕੀਤਾ ਹੈ ਨਾ ਕਿ ਪਿਛਲੇ ਜਨਮ 'ਚ ਭਾਈ ਬਚਿੱਤਰ ਸਿੰਘ ਸੀ ਤੇ ਉਹਨਾਂ ਦਾ ਬਚਨ ਇਹ ਉਹ ਜਾਣਦੇ ਨੇ ਗੁਰਮੁਖੋ, ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਦੇ, ਉਹਨਾਂ ਦਾ ਬਚਨ ਸੱਤ ਹੋਏਗਾ। ਤੇ ਸੱਚਮੁੱਚ ਬਾਬਾ ਜੰਗ ਸਿੰਘ ਜੀ ਕਹਿੰਦੇ ਚੱਲਣੇ ਆ ਫਿਰ ਦਿੱਲੀ ਨੂੰ। ਦਿੱਲੀ ਗਏ, ਬੰਗਲਾ ਸਾਹਿਬ, ਉਹ ਰੁਕਿਆ ਨਗਰ ਕੀਰਤਨ ਪੂਰਾ ਜਿਹੜਾ ਆਇਆ ਪੰਜਾਬ, ਅਸਥੀਆਂ ਲੈ ਕੇ ਆਏ ਨੇ। ਸਵੇਰੇ ਉਹਨਾਂ ਨੇ ਧਰਨਾ ਦੇਣਾ ਪਾਰਲੀਮੈਂਟ ਦੇ ਅੱਗੇ, ਤੇ ਬਾਬਾ ਜੰਗ ਸਿੰਘ ਜੀ ਉੱਥੇ ਨਹੀਂ ਰੁਕੇ, ਉਹ ਆ ਗਏ। ਬਾਬਾ ਮੀਹਾਂ ਸਿੰਘ ਜੀ ਦਾ ਅਸਥਾਨ ਜਿਹੜਾ ਦਿੱਲੀ 'ਚ ਬਣਿਆ ਹੈ ਉੱਥੇ ਆ ਗਏ, ਮਜਨੂੰ ਟਿੱਲੇ ਦੇ ਕੋਲ ਉੱਥੇ ਗੁਰਦੁਆਰਾ, ਉੱਥੇ ਰਾਤ ਰਹੇ। ਸੰਗਤ ਸਾਰੀ ਬੰਗਲਾ ਸਾਹਿਬ ਰੁਕੀ, ਇਹ ਇੱਥੇ ਰੁਕੇ। ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਕੀਤਾ, ਜਿੱਦਣ ਸ਼ਹੀਦ ਹੋਏ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਕੀਰਤਨ ਵੀ ਸਵੇਰੇ ਕੀਤਾ। ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਬਾਬਾ ਮੀਹਾਂ ਸਿੰਘ ਜੀ ਦੇ ਅਸਥਾਨ ਤੇ ਕੀਤਾ ਹੈ। ਤੇ ਉਸ ਵੇਲੇ ਬਾਬਾ ਮੀਹਾਂ ਉੱਥੇ ਸੋਚਿਆ ਵੀ ਅੱਜ ਵਾਪਸ ਸੇਵਾਦਾਰਾਂ ਨੂੰ ਕਹਿੰਦੇ ਚੱਲਣੇ ਆ ਕਰਨਾਲ, ਪਰ ਫਿਰ ਮਨ 'ਚ ਖਿਆਲ ਆਇਆ ਵੀ ਬੰਗਲਾ ਸਾਹਿਬ ਨਗਰ ਕੀਰਤਨ ਜਿਹੜਾ ਆਇਆ ਕੱਲ੍ਹ ਲੈ ਕੇ ਆਏ ਹਾਂ, ਜਾਂਦੇ ਜਾਂਦੇ ਦਰਸ਼ਨ ਕਰ ਚੱਲੀਏ। ਬੰਗਲਾ ਸਾਹਿਬ ਦਰਸ਼ਨ ਕਰਨ ਗਏ, ਫਿਰ ਕੁਛ ਗੱਡੀਆਂ ਕਹਿੰਦੇ ਰਕਾਬਗੰਜ ਵੱਲ ਤੁਰ ਪਈਆਂ ਸਨ, ਬਾਕੀ ਨਗਰ ਕੀਰਤਨ ਤੁਰ ਰਿਹਾ ਸੀ ਵੀ ਉੱਥੇ ਜਾ ਕੇ ਧਰਨਾ ਦੇਣਾ ਹੈ। ਰਕਾਬਗੰਜ ਦੇ ਕੋਲ ਫਿਰ ਪੁਲਿਸ ਨੇ ਬਹੁਤ ਵੱਡਾ ਨਾਕਾ ਲਾਇਆ ਹੋਇਆ ਸੀ, ਬਹੁਤ ਵੱਡਾ ਨਾਕਾ ਲਾਇਆ ਸੀ, ਅੱਗੇ ਸਿੱਖਾਂ ਨੂੰ ਕਿਸੇ ਨੂੰ ਜਾਣ ਨਹੀਂ ਦੇਣਾ, ਪਾਰਲੀਮੈਂਟ ਵੱਲ ਜਾਣਗੇ। ਹੁਣ ਧਰਨਾ ਤੇ ਸ਼ਾਂਤਮਈ ਦੇਣਾ ਸੀ, ਵਿਚਾਰਿਆ ਸੋਚਿਆ ਇਹ ਗਿਆ ਸੀ ਵੀ ਕੋਈ ਰੌਲਾ ਨਹੀਂ ਪਾਏਗਾ, ਕੋਈ ਕੁਛ ਨਹੀਂ ਬੋਲੇਗਾ। ਉੱਥੇ ਤੁਹਾਨੂੰ ਪਤਾ ਵਿੱਚ ਸ਼ਰਾਰਤੀ ਬੰਦੇ ਵੀ ਵੜ ਜਾਂਦੇ ਨੇ, ਜਦੋਂ ਇਦਾਂ ਦੇ ਧਰਨੇ ਹੁੰਦੇ ਨੇ ਨਾ ਵਿੱਚ ਸ਼ਰਾਰਤੀ ਬੰਦੇ ਵੀ ਵੜ ਜਾਂਦੇ ਨੇ।
ਉਹ ਵੀ ਇਦਾਂ ਦੇ ਬੰਦੇ ਵਿੱਚ ਵੜ ਗਏ। ਜਦੋਂ ਸਾਧ ਸੰਗਤ ਉਹ ਰਕਾਬਗੰਜ ਦੇ ਨੇੜੇ ਗਏ, ਅੱਗੇ ਪੂਰਾ ਉਹਨਾਂ ਨੇ ਬੈਰੀਅਰ ਲਾਏ ਨੇ ਥਾਂ ਥਾਂ ਉੱਤੇ, ਪੁਲਿਸ ਵਾਲੇ ਰੋਕ ਰਹੇ ਨੇ। ਬਾਬਾ ਜੰਗ ਸਿੰਘ ਜੀ ਵੀ ਉੱਥੇ ਨੇੜੇ ਦਰਖਤ ਹੈ, ਦਰਖਤ ਦੇ ਥੱਲੇ ਬਹਿ ਗਏ। ਕਈ ਫਿਰ ਵਿੱਚ ਸ਼ਾਂਤੀ ਨਾਲ ਬਹਿ ਗਏ, ਪਰ ਕਈਆਂ ਨੇ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ। ਇੱਕ ਦੋ ਨੇ ਪੱਥਰ ਮਾਰੇ, ਅੱਗੋਂ ਉਹਨਾਂ ਨੇ ਹਵਾਈ ਫਾਇਰ ਕੀਤੇ। ਜਦੋਂ ਫਿਰ ਕਈਆਂ ਨੇ ਬੈਰੀਅਰ ਵੱਢ ਦਿੱਤੇ, ਬੈਰੀਅਰ ਟੱਪ ਕੇ ਰੱਸੇ ਪੱਟ ਕੇ ਅੱਗੇ ਲੰਘਣ ਲੱਗੇ, ਜਿਹੜੇ ਪਾਰਲੀਮੈਂਟ ਵੱਲ ਉੱਤੇ ਕੰਧਾਂ ਟੱਪਣ ਤੱਕ ਕਈ ਚਲੇ ਗਏ। ਫਿਰ ਉਹਨਾਂ ਨੇ ਹਵਾਈ ਫਾਇਰਿੰਗ ਕੀਤੀ, ਫਿਰ ਉਹਨਾਂ ਨੇ ਸਿੱਧੀਆਂ ਵੀ ਗੋਲੀਆਂ ਚਲਾਈਆਂ, ਜਿਹਦੇ ਵਿੱਚ ਕਹਿੰਦੇ ਨੇ 3-4 ਸਿੰਘ ਸ਼ਹੀਦ ਹੋ ਗਏ। ਜਦੋਂ 3-4 ਸ਼ਹੀਦ ਹੋ ਗਏ ਤੇ ਪੁਲਿਸ ਵਾਲਿਆਂ ਦੀਆਂ ਗੱਡੀਆਂ ਨੂੰ ਅੱਗਾਂ ਲਾ ਦਿੱਤੀਆਂ ਵਿੱਚ ਜਿਹੜੇ ਗਏ ਸਨ। ਬਹੁਤ ਸਿੱਖਾਂ 'ਚ ਜੋਸ਼ ਸੀ ਉਸ ਵੇਲੇ ਵੀ 40 ਪਹਿਲਾਂ ਸ਼ਹੀਦ ਹੋ ਗਏ, ਹੋਰ ਆਏ ਆ ਦੁੱਖ ਦੱਸਣ ਆਪਣਾ, ਤੇ ਅੱਗੋਂ ਹੋਰ ਸ਼ਹੀਦ ਕਰਾ ਦਿੱਤੇ ਨੇ, ਕਰ ਦਿੱਤੇ ਨੇ। ਤੇ ਏਦਾਂ ਸੋਚਦਿਆਂ ਬਾਬਾ ਜੰਗ ਸਿੰਘ ਜੀ ਨੇ ਵੇਖਿਆ ਇੱਕ ਬੀਬੀ ਆਪਣੇ ਬੱਚੇ ਨੂੰ ਨਾਲ ਲੈ ਕੇ ਪਾਣੀ ਜਲ ਛਕਾਉਣ ਦੀ ਸੇਵਾ ਕਰਦੀ ਸੀ ਸੰਗਤ ਨੂੰ, ਜਿਵੇਂ ਹੁਣ ਆਪਾਂ ਧਰਨਾ ਕਿਤੇ ਲਾਈਏ, ਸੰਗਤ ਦੀ ਸੇਵਾ ਦਿੱਲੀ ਦੇ ਗੁਰਮੁਖ ਜਾਂ ਹੋਰ ਜਲ ਛਕਾਉਣ ਦੀ ਸੇਵਾ ਇੱਕ ਬੀਬੀ ਕਰੇ, ਨਾਲ ਉਹਦੇ ਬੱਚਾ ਸੀ, ਉਹ ਬੱਚੇ ਨੂੰ ਨਾਲ ਲੈ ਕੇ ਜਲ ਛਕਾਉਂਦੀ ਸੀ ਪਈ। ਬਾਬਾ ਜੰਗ ਸਿੰਘ ਦੂਰੋਂ ਵੇਖਦੇ ਨੇ, ਫਿਰ ਪੁਲਿਸ ਵਾਲੇ ਨੇ ਇੱਕ ਨੇ ਗੋਲੀ ਚਲਾਈ, ਬੀਬੀ ਤੇ ਉਹ ਬੱਚਾ ਦੋਵਾਂ ਤੇ ਗੋਲੀਆਂ ਚੱਲਣ ਕਰਕੇ ਦੋਵੇਂ ਸ਼ਹੀਦ ਹੋ ਗਏ। ਜਦੋਂ ਬੀਬੀ ਤੇ ਬੱਚਾ ਸ਼ਹੀਦ ਹੋਏ, ਵੇਖੇ ਨਾ ਬਾਬਾ ਜੰਗ ਸਿੰਘ ਨੇ ਭੱਜ ਕੇ ਛਾਲ ਮਾਰ ਕੇ ਫੁੱਟਪਾਥ ਬਣਿਆ ਸੀ ਉਹਦੇ ਉੱਤੇ ਖਲੋ ਗਏ, ਗੋਲੀਆਂ ਚਲਾਉਣ ਵਾਲੇ ਸਾਹਮਣੇ ਖਲੋਤੇ ਸੀ, ਏਦਾਂ ਨਾ ਚੋਲਾ ਪਾੜ ਦਿੱਤਾ ਆਪਣਾ, ਚੋਲਾ ਪਾੜ ਕੇ ਏਦਾਂ ਖਲੋ ਗਏ। ਕਹਿੰਦੇ ਓਏ ਗੋਲੀ ਆ ਬੱਚਿਆਂ ਤੇ, ਆ ਬੀਬੀ ਤੇ ਵਾਰ ਕਰਨਾ, ਸ਼ਰਮ ਕਰੋ, ਜੇ ਚਲਾਉਣੀ ਹੈ ਗੋਲੀ ਤੇ ਇੱਥੇ ਮਾਰ ਮੇਰੀ ਛਾਤੀ 'ਚ, ਏਦਾਂ ਆਵਾਜ਼ ਦਿੱਤੀ। ਪਹਿਲੀ ਗੋਲੀ ਚਲਾਈ ਉਹਨੇ, ਪੈਰ ਕੋਲ ਲੱਗੀ, ਪਿੱਛੇ ਨਹੀਂ ਹਟੇ, ਫਿਰ ਦੂਜੀ ਗੋਲੀ ਮਾਰੀ ਉਹਨੇ ਛਾਤੀ 'ਚ ਵੱਜੀ, ਤੇ ਅੱਗੇ ਤੇ ਜ਼ਖਮ ਥੋੜਾ ਹੋਇਆ। ਤੁਹਾਨੂੰ ਪਤਾ ਗੋਲੀਆਂ ਦਾ ਜ਼ਖਮ ਫਿਰ ਕਿੱਦਾਂ ਦਾ, ਪੂਰਾ ਸਰੀਰ ਛਾਨਣੀ ਛਾਨਣੀ ਹੋ ਗਿਆ। ਉਸੇ ਵੇਲੇ ਸੇਵਾਦਾਰਾਂ ਨੇ ਫੜ ਲਿਆ, ਥੋੜਾ ਜਿਹਾ ਤੇ ਹੋਸ਼ ਵਿੱਚ ਸਨ ਪਹਿਲਾਂ, ਛੇਤੀ ਕਹਿੰਦੇ ਹੁਣ ਭਾਈ ਜੋ ਹੋਣਾ ਸੀ ਹੋ ਗਿਆ, ਵਾਪਸ ਲੈ ਚੱਲੋ, ਪਰ ਵਾਪਸ ਨਹੀਂ। ਸੇਵਾਦਾਰ ਕਹਿੰਦੇ ਹਸਪੀਟਲ ਜਾਣਾ, ਗੱਡੀ 'ਚ ਬਿਠਾਇਆ, ਹਸਪੀਟਲ ਦੇ ਨੇੜੇ ਜਦੋਂ ਪਹੁੰਚ ਗਏ ਕਹਿੰਦੇ ਕਿੱਥੇ ਆ ਗਏ ਆ, ਅਖੇ ਹਸਪੀਟਲ 'ਚ ਚੱਲੇ ਆ ਬਾਬਾ ਜੀ। ਕਹਿੰਦੇ ਲਓ ਭਾਈ ਬਸ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਬਸ ਏਦਾਂ ਨਾ ਸਾਰੀ ਉੱਥੇ ਜਿੰਨੇ ਸੇਵਾਦਾਰ ਨਾਲ ਸਨ ਫਤਿਹ ਬੁਲਾ ਕੇ, ਕਰੋ ਆਖਰੀ ਫਤਿਹ ਪਰਵਾਨ, ਅਸੀਂ ਚੱਲੋ ਸੱਚ ਖੰਡ ਨੂੰ, ਕਰੋ ਆਖਰੀ ਫਤਿਹ ਪਰਵਾਨ, ਅਸੀਂ ਚੱਲੋ ਸੱਚ ਖੰਡ ਨੂੰ, ਆਖਰੀ ਫਤਿਹ ਪਰਵਾਨ, ਅਸੀਂ ਚੱਲੋ ਸੱਚ ਖੰਡ ਨੂੰ, ਕਰੋ ਆਖਰੀ ਫਤਿਹ ਪਰਵਾਨ, ਅਸੀਂ ਚੱਲੋ ਸੱਚ ਖੰਡ ਨੂੰ, ਕਰੋ ਆਖਰੀ ਫਤਿਹ ਪਰਵਾਨ, ਅਸੀਂ ਚੱਲੋ ਸੱਚ ਖੰਡ ਨੂੰ, ਕਰੋ ਆਖਰੀ ਫਤਿਹ ਪਰਵਾਨ, ਅਸੀਂ ਚੱਲੋ ਸੱਚ ਖੰਡ ਨੂੰ, ਕਰੋ ਆਖਰੀ ਫਤਿਹ ਪਰਵਾਨ, ਅਸੀਂ ਚੱਲੋ ਸੱਚ ਖੰਡ ਨੂੰ, ਕਰੋ ਆਖਰੀ ਫਤਿਹ ਪਰਵਾਨ, ਅਸੀਂ ਚੱਲੋ ਸੱਚ ਖੰਡ, ਕਰੋ ਆਖਰੀ ਫਤਿਹ ਪਰਵਾਨ, ਅਸੀਂ ਚੱਲੋ ਸੱਚ ਖੰਡ ਨੂੰ, ਕਰੋ ਆਖਰੀ ਫਤਿਹ ਪਰਵਾਨ, ਸੱਚ ਖੰਡ ਨੂੰ। ਮੌਤ ਜ਼ਿੰਦਗੀ ਦਾ ਕੀ ਸਵਾਲ, ਉੱਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜ੍ਹੇ ਹੋਵਣ, ਉਹਨਾਂ ਦਾ ਜੱਗ ਨਾਲ ਵੰਡ ਵਿਹਾਰ ਕਾਹਦਾ, ਜਿਨ੍ਹਾਂ ਨੂੰ ਨਾਗ ਪ੍ਰੇਮ ਦੇ ਲੜੇ ਹੋਵਣ, ਨਸ ਜਾਵਣਾ ਕਿੱਥੋਂ ਤਲਵਾਰ ਹੇਠੋਂ, ਜਿਹੜੇ ਪ੍ਰੇਮ ਗੁਨਾਹ ਵਿੱਚ ਫੜੇ ਹੋਵਣ, ਪਾਲਾ ਬੰਨ ਕੇ ਪਿਆਰੇ ਦੇ ਦਰ ਉੱਤੇ, ਧੌਣਾ ਇਉਂ ਝੁਕਾਏ ਕੇ ਖੜੇ ਹੋਵਣ, ਅੱਗੋਂ ਪਾਰਖੂ ਵੀ ਕਿਹੜਾ ਘੱਟ ਕਰਦੇ, ਵੇਖਣ ਸੇਵਕਾਂ ਤਾਈਂ ਅਜਮਾਏ ਕੇ ਜੀ, ਦੇਣ ਫੇਰ ਖਿਤਾਬ ਪਿਆਰਿਆਂ ਦਾ, ਪਹਿਲਾਂ ਤੇਗ ਦੀ ਧਾਰ ਲੰਘਾਏ ਕੇ ਜੀ, ਗੋਲੀਆਂ ਲੰਘਦੀਆਂ ਨੇ ਛਾਤੀਆਂ ਚੋਂ, ਫਿਰ ਜਾ ਕੇ ਸ਼ਹੀਦਾਂ ਦਾ ਰੁਤਬਾ ਮਿਲਦਾ ਹੈ। ਗੁਰਮੁਖੋ ਬਾਬਾ ਜੰਗੀਰ ਸਿੰਘ ਸਨ, ਆ ਸੁਣਿਆ ਸੀ ਲੋਕਾਂ ਨੇ ਵੀ ਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਸਿੰਘ ਸੂਰਮੇ ਮੌਤ ਦੇ ਅੱਗੇ ਖੜਦੇ ਵੇਖੇ, ਲਾਟਾਂ ਉੱਤੇ ਸੜਦੇ ਵੇਖੇ, ਤੇਗਾਂ ਦੇ ਵਿੱਚ ਚੜ
खलोवे पैरा उत्ते काम खलोजे तोता अगो खड़ो पैरा उत्ते काम खलोजे तोता अगो खड़ो के गोलियां अगे खड़ गए तोपा अगे खड़ गए असी अज तक सुनिया है पढ़िया है पर जिन्हां ने उस वेले बाबा जंग सिंह नूं इदां वेख्या सी ना कहिंदे इदां दे होणे ने ओ सूरमे मियां खुश सतनाम श्री वाह इतिहास नूं दुबारा दोहरा दिता बाबा जंग सिंह ने दुबारा दोहराया इतिहास नूं ते वेखो गुरमुखो अज 29 साल बाबा जी नूं सचखंड गया हो गए आ ਇਹ ਉਹਨਾਂ ਦਾ ਜਜ਼ਬਾ ਹੀ ਸੀ ਅੱਜ ਆਪਾਂ ਕਿੰਨੇ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੀ ਜਾਚ ਜੁੜੇ ਅਖੰਡ ਪਾਠ ਚੱਲ ਰਹੇ ਗੁਰੂ ਕੇ ਲੰਗਰ ਚੱਲ ਰਹੇ ਆ ਵੇਖੋ 260 ਅਖੰਡ ਪਾਠ ਸਤਿਗੁਰੂ ਦੀ ਕਿਰਪਾ ਨਾਲ ਬਾਬਾ ਜੀ ਦੀ ਯਾਦ 'ਚ ਹੋਏ ਸਤਿ ਸ੍ਰੀ ਅਕਾਲ 43 ਅਖੰਡ ਪਾਠ ਜਪਜੀ ਸਾਹਿਬ ਦੇ 260 ਅਖੰਡ ਪਾਠ ਵੇਖੋ ਪਿਆਰਿਓ 250 ਤੋਂ ਉੱਪਰ ਅਖੰਡ ਪਾਠ ਕਰਾਉਣ ਵਾਲੀਆਂ ਸੰਗਤਾਂ ਸਿਰਫ ਬਾਬਾ ਜੰਗ ਸਿੰਘ ਜੀ ਨੂੰ ਚੇਤੇ ਕਰਦਿਆਂ ਯਾਦ ਕਰਦਿਆਂ ਸ਼ਹੀਦੋਂ ਕੀ ਚਿਤਾਓਂ ਸੇ ਕਿਆ ਹੋਗਾ ਬਿਹਤਰ ਕਾਬਾ ਉਨਕੀ ਖਾਕ ਪੇ ਤੋਂ ਖੁਦਾ ਵੀ ਕੁਰਬਾਨ ਹੋਤਾ ਹੈ ਸ਼ਹੀਦਾਂ ਦੀ ਚਿਤਾ ਤੋਂ ਵੱਡਾ ਕਾਬਾ ਨਹੀਂ ਸੋ ਇਸ ਕਰਕੇ ਆਪਾਂ ਵੀ ਭਾਗਾਂ ਵਾਲੇ ਹਾਂ ਗੁਰਮੁਖੋ ਬਾਬਾ ਜੰਗ ਸਿੰਘ ਜੀ ਦੀ ਯਾਦ ਵਿੱਚ ਸਾਰੇ ਇਕੱਠੇ ਹੋਏ ਹਾਂ ਹੋਣਾ ਚਾਹੀਦਾ ਹੈ ਸ਼ਹੀਦ ਕਿਤੇ ਨਹੀਂ ਜਾਂਦੇ ਸ਼ਹੀਦ ਸਿੰਘ ਸਦਾ ਅਮਰ ਰਹਿੰਦੇ ਨੇ ਉਹ ਆਪਣੀ ਮਰਜ਼ੀ ਨਾਲ ਦਿਲ ਕਰੇ ਬਾਜਾਂ ਵਾਲੇ ਸਤਿਗੁਰੂ ਦੀ ਗੋਦ 'ਚ ਬਹਿ ਜਾਣ ਸਮਾ ਜਾਣ ਅਤੇ ਉਹਨਾਂ ਦਾ ਦਿਲ ਕਰੇ ਨਾ ਅਤੇ ਧਰਤੀ ਦੇ ਕਿਸੇ ਕੋਨੇ ਵਿੱਚ ਆ ਕੇ ਬਹਿ ਜਾਣ ਪਵਿੱਤਰ ਧਰਤੀ ਵੇਖਣ ਉੱਥੇ ਬਹਿ ਜਾਣ ਅਤੇ ਸ਼ਹੀਦਾਂ ਨੂੰ ਇੰਨਾ ਵੀ ਅਧਿਕਾਰ ਹੁੰਦਾ ਹੈ ਪਵਿੱਤਰ ਕੁੱਖ ਵੇਖਣ ਉਹਦੇ ਵਿੱਚ ਪ੍ਰਵੇਸ਼ ਕਰਕੇ ਦੁਬਾਰਾ ਜਨਮ ਲੈ ਲੈਣਾ ਆਖੋ ਸਤਨਾਮ ਕੱਜ ਕੇ ਆਖੋ ਸਤਨਾਮ ਇਹ ਸ਼ਹੀਦਾਂ ਨੂੰ ਅਧਿਕਾਰ ਹੈ ਇਹ ਸ਼ਹੀਦ ਸਿੰਘ ਆਪਣੀ ਮੌਜ ਵਿੱਚ ਵਿਚਰਦੇ ਨੇ ਕਈ ਅਜੇ ਵੀ ਜਾਗਰਤ ਨੇ ਕਈ ਸ਼ਹੀਦ ਸਿੰਘ ਅਜੇ ਵੀ ਜਾਗਰਤ ਨੇ ਅਜੇ ਵੀ ਜਾਗਰਤ ਨਿਕਲ ਗਈ ਧਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿਰਪਾ ਕਰਦੇ ਨੇ ਸਤਸੰਗ ਤਾਂ ਇਹ ਜਜ਼ਬਾ ਮਿਲਦਾ ਤੇ ਮੈਂ ਅਰਜ਼ ਕਰਾਂ ਸਾਨੂੰ ਸਾਰਿਆਂ ਨੂੰ ਪਿਆਰ ਵਿੱਚ ਬਾਬਾ ਜੀ ਦੀ ਯਾਦ ਵਿੱਚ ਇਸੇ ਤਰ੍ਹਾਂ ਵੱਧ ਚੜ੍ਹ ਕੇ ਜੁੜਨਾ ਚਾਹੀਦਾ ਮਹਾਂਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਜੀ ਬਹੁਤ ਪਿਆਰ ਵਾਲੇ ਨੇ ਦੂਜੀ ਗੱਲ ਨਿਮਰਤਾ ਵਾਲੇ ਨੇ ਨਿਮਰਤਾ ਕਿਸੇ ਕੋਲ ਹੁੰਦੀ ਹੈ ਬਹੁਤ ਨਿਮਾਣੇ ਬਣ ਕੇ ਨਿਮਰਤਾ ਵਿੱਚ ਆ ਕੇ ਸੰਗਤ ਦੀ ਸਾਰੀ ਦੀ ਸੇਵਾ ਕਰ ਜਿਹੜੇ ਸੰਗੀ ਨੇ ਉਹਨਾਂ ਨੂੰ ਤੇ ਪਤਾ ਹੀ ਹੈ ਚਲੋ ਬਾਬਾ ਜੀ ਦੇ ਸੁਭਾਅ ਦਾ ਜਿਹੜੇ ਨਹੀਂ ਵੀ ਸੰਗਤ ਕਰਦੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਵੇਖੋ ਬੜੇ ਪਿਆਰ ਵਿੱਚ ਇੱਥੇ ਬਾਬਾ ਜੀ ਨੇ ਸਥਾਨ ਇਹ ਵੀ ਉਹਨਾਂ ਦੀਆਂ ਯਾਦਾਂ 'ਚ ਹੀ ਬਣਿਆ ਨਾਨਕਸਰ ਦੀ ਮਰਿਆਦਾ ਆਪਣੇ ਆਪ ਵਿੱਚ ਵਿਲੱਖਣਤਾ ਹੈ ਜੋ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਨਾਨਕਸਰ ਸੰਪਰਦਾ ਵਿੱਚ ਹੈ ਜੋ ਪ੍ਰਤੱਖ ਸਮਝ ਕੇ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੇਵਾ ਇਹ ਸਾਰੇ ਗੁਰਮੁਖ ਕਰਦੇ ਨੇ ਤੇ ਇਹ ਬੜੇ ਪਿਆਰ ਵਾਲੀਆਂ ਸੰਗਤਾਂ ਸ਼ਰਧਾ ਭਾਵਨਾ ਨਾਲ ਸੇਵਾ ਕਰਦੀਆਂ ਨੇ ਕਰੋ ਜਿਹੜੇ ਨਹੀਂ ਜੁੜੇ ਉਹ ਵੀ ਭਾਈ ਆ ਕੇ ਲਾਹੇ ਲਿਆ ਕਰੋ ਅਸਥਾਨ ਤੇ ਮਹਾਂਪੁਰਸ਼ਾਂ ਦੇ ਨਾਲ ਜਿਹੜੇ ਸਹਿਯੋਗੀ ਸੰਗਤ ਸਾਥ ਦਿੰਦੀ ਹੈ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਰਲ ਮਿਲ ਕੇ ਇਸ ਸਮਾਗਮ ਵਿੱਚ ਸੇਵਾ ਕੀਤੀ ਹੈ ਉਹਨਾਂ ਸਾਰਿਆਂ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਜਿੱਥੇ ਜਿਨ੍ਹਾਂ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਸੰਗਤ ਆਈ ਬਹੁਤ ਲੇਟ ਹੈ ਪਰ ਪੰਡਾਲ ਪੂਰਾ ਭਰਿਆ ਬੜੇ ਪਿਆਰ ਨਾਲ ਆਪ ਜੀ ਨੇ ਲਾਹਾ ਲਿਆ ਦੋ ਚਾਰ ਹਿੱਲਣ ਵਾਲੇ ਵੀ ਸਨ ਪਰ ਚਲੋ ਕੋਈ ਨਹੀਂ ਉਹ ਉਹਨਾਂ ਦੇ ਆਪਣਾ ਆਪਣਾ ਸੁਭਾਅ ਹੁੰਦਾ ਹੈ ਤੇ ਬੇਨਤੀ ਹੈ ਚਲੋ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਜਿਵੇਂ ਵੀ ਕੀਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਜ਼ਰੂਰ ਖਿਮਾ ਕਰ ਦਿਓ ਕਿਉਂਕਿ ਬੋਲਦਿਆਂ ਨਾ ਕਈ ਵਾਰੀ ਜਜ਼ਬਾਤੀ ਹੋ ਕੇ ਕੁਛ ਐਸਾ ਬੋਲਿਆ ਜਾਂਦਾ ਮੈਂ ਇਸ ਗੱਲ ਦੀ ਮਾਫ਼ੀ ਚਾਹੁੰਦਾ ਸਾਰੀਆਂ ਸੰਗਤਾਂ ਨੇ ਹੁਣ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਹੁਕਮਨਾਮੇ ਨਹੀਂ ਹੁੰਦੇ ਉਹਨਾਂ ਚਿਰ ਨਹੀਂ ਜਾਣਾ ਹੁਕਮਨਾਮੇ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਨਿੱਜ ਅਸਥਾਨਾਂ ਵੱਲ ਪਹਿਲਾਂ ਪ੍ਰਸਥਾਨ ਹੋਣਗੇ
सतगुरु अगे अगे जाणगे आपां फिर सारे बाद च चाला पाने आ जिथे इन्ना चिर बैठे हो हुण काल ना करनी गुरमुखो पंजां चारां मिंटां नाल कोई फर्क नहीं पैंदा अरदास तों बाद हुकमनामे तों बाद आप जी ने करो